ਹੈ ਕਿ ਮਹਾਰਾਜ ਆਪਣੇ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨੌ ਨਾ ਜਾਣੇ ਮੀਰਾ। ਤੇਰਾ ਹੁਣ ਹੈ ਵੰਨਣ ਦਾ ਵੇਲਾ, ਬੇੜਾ ਬੰਨ ਲੈ ਮਨਾ। ਹੋਏ ਵੰਨਣ ਦਾ ਵੇਲਾ, ਬੇੜਾ ਬੰਨ ਲੈ ਮਨਾ। ਤੇਰਾ ਬੇਲਾ ਬੇੜਾ ਬੰਨ ਲੈ ਮਨਾ, ਹੁਣ ਹੈ ਵੰਨਣ ਦਾ ਬੇਲਾ, ਬੇੜਾ ਬੰਨ ਲੈ ਮਨਾ। ਬੰਨ ਲੈ ਮਨਾ, ਬੇੜਾ ਬੰਨ ਲੈ ਮਨਾ, ਬੇੜਾ ਬੰਨ ਲੈ ਮਨਾ। ਬੰਨ ਲੈ ਮਨਾ ਵੀ ਬੇੜਾ ਬੰਨ ਲੈ ਮਨਾ, ਬੰਨ ਲੈ ਮਨਾ, ਬੇੜਾ ਬੰਨ ਲੈ ਮਨਾ। ਬੇੜਾ ਬੰਨ ਲੈ ਮਨਾ, ਵੀ ਬੰਨਣ ਦਾ ਵੇਲਾ, ਬੇੜਾ ਬੰਨ ਲੈ ਮਨਾ।
ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਬਰ ਜਾਵੇ ਉਛਲੈ ਤਬ ਤਰਨ ਦਹੇਲਾ ਹੱਥ ਨਾ ਲਾਈ ਕੁਸੁਮ ਬਣੇ ਜਲ ਜਾਸੀ ਟਿਕਿਆ ਪੀਨੇ ਪਤਲੀ ਚੈ ਕੀਰੀ ਬੁਲਾ ਸਥਣੀ ਨਾ ਆਵਈ ਫਿਰ ਹੋਏ ਨਾ ਮਿਲਾ ਹੈ ਪ੍ਰੀਤ ਸੁਹੇਲਿਓ ਏ ਸ਼ਹ ਹਲਾਈ ਸੀ ਹੰਸ ਜਲ ਸੀ ਤੂੰ ਬਣਾਏ ਤਾਂ ਤੇਰੀ ਹੁਣ ਹੈ ਮੰਨਣ ਦਾ ਨਹੀਂ ਬੇਲਾ ਬੇੜੇ ਨੂੰ ਮੰਨ ਲੈ ਮਨਾ ਹੁਣ ਹੋਈ ਮੰਨਣ ਦਾ ਬੇਲਾ ਤੇਰੇ ਨੂੰ ਬਨ ਲੈ ਮਨਾ ਤੇਰਾ ਵੇਲਾ ਜੀ ਬੀਤ ਜਾਵੇਗਾ ਫਿਰ ਵੇਲਾ ਜੀ ਬੀਤ ਜਾਵੇਗਾ ਹੈ ਮੰਨਣ ਦਾ ਨਹੀਂ ਬੇਲਾ ਬੇੜੇ ਨੂੰ ਬੰਨ ਲੈ ਮਨਾ ਤੇਰਾ ਹੁਣ ਹੋਈ ਮੰਨਣ ਦਾ ਬੇਲਾ ਬੇੜੇ ਨੂੰ ਬੰਨ ਲੈ ਮਨਾ ਤੇਰਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਬਰ ਜਬ ਉਛਲੈ ਤਬ ਤਰਨ ਦਹੇਲਾ ਔਖਾ ਹੋ ਜੋ ਸਮੁੰਦ ਸਾਗਰ ਜਦੋਂ ਭਰਿਆ ਹੁੰਦਾ ਉਹਨੂੰ ਤਿਰਨਾ ਨਹੀਂ ਆਉਂਦਾ ਔਰ ਇੱਕ ਤਰਨਾ ਹੁੰਦਾ ਤਰ ਜਾਂਦਾ ਸਤਿਗੁਰਾਂ ਦੀ ਸੰਗਤ ਕਰਕੇ ਔਰ ਸਾਧੂ ਦੀ ਸੰਗਤ ਕਰਕੇ ਵੀ ਸੰਗਤ ਕਰੀਏ ਸਾਧ ਕੀ ਜੋ ਅੰਤ ਕਰੈ ਨਿਰਵਾਹ ਸਾਕਤ ਸੰਗ ਨਾ ਕੀਜੀਐ ਜਾ ਤੈ ਹੋਏ ਬਿਨਾਹ
ਬਈ ਸੰਗ ਬੁਰਾ ਸਾਖਤਾਂ ਦਾ ਕਿਤੇ ਭੁੱਲ ਕੇ ਕਰੀ ਨਾ ਮਨਾ ਮੇਰਿਆ। ਦੇਖੀ ਰਾਹੇ ਛੋੜ ਕੇ ਕਿਤੇ ਕੁਰਾਹੇ ਪੈ ਗਿਆ, ਫਿਰ ਉੱਥੇ ਧੱਕੇ ਪੈਂਦੇ ਨੇ। ਰਾਹੇ ਛੋੜ ਮੇਰੇ ਗੁਰੂ ਦੇਵ ਸ਼੍ਰੀ ਮਾਨ 111 ਮਹਾਂਪੁਰਖ, ਇਹ ਨਗਰ ਨਿਵਾਸੀਆਂ ਦੇ ਨਾਲ, ਇਲਾਕਾ ਨਿਵਾਸੀਆਂ ਦੇ ਨਾਲ ਬੜਾ ਪ੍ਰੇਮ ਪਿਆਰ ਜਿਤਾਇਆ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦਹਦ ਪ੍ਰਕਾਸ਼ ਜੁਗੋ ਜੁਗ ਅਟਲ ਸਾਹਿਬਾਂ ਦੀ ਮਿੱਠੀ ਬਾਣੀ ਦੇ ਕੀਰਤਨ, ਤੁਰੋਂ ਦਰਗਾਹੀ ਬਾਣੀ ਆਈ ਦੇ ਕੀਰਤਨ, ਹਰ ਜਸ ਕਰਕੇ ਇਹ ਇਲਾਕਿਆਂ ਦੇ ਵਿੱਚ ਦੂਰ ਦਰੇਡਿਆਂ ਤੱਕ ਬੜਾ ਪਿਆਰ ਪ੍ਰੇਮ ਪਾਇਆ, ਜਿਸ ਦਾ ਬਦਲਾ ਨਗਰ ਕੰਗਣਵਾਲ ਸੈਂਟਰ ਕਰਕੇ ਸੰਤ ਖਾਲਸਾ ਦਲ ਦਾ ਉਹ ਪ੍ਰੇਮ ਅਤੇ ਪਿਆਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾਉਣ ਵਾਸਤੇ ਮਹਾਂਪੁਰਖਾਂ ਨੇ ਨਾਮ ਜਪਾਉਣ ਔਰ ਜਪਣ ਦਾ ਇਹ ਇੱਕ ਸਬੱਬ ਹੈ, ਤਰਨ ਵਾਸਤੇ ਉਹ ਤਰ ਜਾਂਦਾ ਹੈ। ਸਤਿਗੁਰ ਦੀ ਸੰਗਤ ਕਰਕੇ, ਸੰਗਤ ਗੁਰਾਂ ਦੀ ਹੈ, ਵੱਡੇ ਭਾਗ ਨੇ, ਵੱਡੇ ਕਰਮ ਨੇ ਜਿਹੜੇ ਸੰਗਤ ਦੇ ਵਿੱਚ ਆਉਂਦੇ ਨੇ। ਆਪਦਾ ਸਮਾਂ ਵੇਲਾ ਵਕਤ ਵਿਚਾਰੀ ਹੈ, ਵੇਲੇ ਨੂੰ ਅਤੇ ਵਕਤ ਨੂੰ ਟਾਈਮ ਕਹਿ ਦਿੰਦੇ ਹਾਂ ਅਸੀਂ, ਸਮਾਂ ਕਹਿ ਲਈਏ। ਇਹ ਰੋਜ਼ ਇੱਕ ਇੱਕ ਸੈਕਿੰਡ ਘਟਦਾ ਜਾ ਰਿਹਾ ਹੈ ਸਾਡਾ, ਇੱਕ ਇੱਕ ਕਰਕੇ ਅਸੀਂ ਸੋਚੀਏ ਤਾਂ ਰੋਜ਼ ਘਟਦਾ ਜਾ ਰਿਹਾ, ਇਹ ਵੱਧਦਾ ਨਹੀਂ ਹੈ। ਅਸੀਂ ਕਹਿ ਰਹੇ ਹਾਂ ਕਿ ਸਾਡੀ ਉਮਰ ਹੁਣ ਵੱਡੀ ਵੱਧਦੀ ਜਾ ਰਹੀ ਹੈ, ਨਹੀਂ ਸੱਜਣਾ, ਇਹ ਘਟਦੀ ਜਾ ਰਹੀ ਹੈ ਰੋਜ਼ ਦੀ ਰੋਜ਼। ਅਸੀਂ ਦਿਨ ਕਰਕੇ ਕਹੀਏ, ਮਹੀਨਿਆਂ 'ਤੇ ਚਲੇ ਜਾਈਏ, ਸਾਲਾਂ 'ਤੇ ਗੁਜ਼ਰ ਜਾਂਦਾ, ਪਰ ਇੱਕ ਦਿਨ ਕਿਹੜਾ ਆ ਜਾਂਦਾ ਹੈ। ਛਿਨ ਛਿਨ ਔਧ ਵਿਹਾਤ ਹੈ, ਫੂਟੇ ਘੱਟ ਜਾ ਪਾਣੀ। ਇੱਕ ਘੜਾ ਹੈ ਫੁੱਟਿਆ ਹੋਇਆ ਫੁੱਟੜਾ, ਉਹਦੇ 'ਚ ਛੇਕ ਹੈ ਘੜੇ ਦੇ ਵਿੱਚ, ਉਹ ਸਿਮਦਾ ਹੈ। ਜੈਸੇ ਪਹਿਲਾਂ ਸਾਧੂ ਲੋਕ ਜਲ ਧਾਰੇ ਕਰਦੇ, ਉਹਦੇ ਵਿੱਚ ਇੱਕ ਛੇਕ ਕੀਤਾ ਜਾਂਦਾ ਬਰੀਕ, ਉਹਨੂੰ ਉੱਪਰ ਟਿਕਾਇਆ ਜਾਂਦਾ ਹੈ, ਉਸਦੇ ਹੇਠ ਨੀਚੇ ਬੈਠ ਜਾਣਾ, ਫਿਰ ਹੌਲੀ 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 ਪਤਲੀ ਇੱਕ ਧਾਰੀ ਪੈਂਦੀ ਹੈ, ਉਹ ਸਿਮਦਾ ਸਿਮਦਾ ਹੌਲੀ ਹੌਲੀ ਕਿੱਥੇ ਤੱਕ ਚਲਿਆ ਜਾਂਦਾ, ਉਹਦੇ ਸੀਸ ਤੋਂ ਲੈ ਕੇ ਪੈਰਾਂ ਤੱਕ ਸੁੰਨ ਕਰ ਦਿੰਦਾ ਹੈ। ਪਰ ਮੈਂ ਇੱਥੇ ਨਹੀਂ ਕਿ ਉਟੜੇ ਘੜੇ ਦਾ ਐਂ ਸਿਮੀ ਜਾਂਦਾ, ਇੱਕ ਦਿਨ ਉਹ ਖਤਮ ਹੋ ਜਾਂਦਾ ਹੈ ਭਾਵ ਕਹਿਣ ਦਾ। ਪਰ ਸਮਾਂ ਤਾਂ ਗੁਜ਼ਰਦਾ ਜਾ ਰਿਹਾ ਹੈ, ਤੂੰ ਨਾਮ ਕਦੋਂ ਜਪੇਗਾ, ਉਹ ਦਿਨ ਕਦੋਂ ਆਉਣਗੇ ਜਦੋਂ ਨਾਮ ਜਪੇਗਾ।
ਛਿਨ ਛਿਨ ਔਦ ਵਿਹਾਤ ਹੈ, ਤੇਰੀ ਉਮਰ ਲੰਘਦੀ ਜਾਂਦੀ ਹੈ, ਤੂੰ ਨਾਮ ਜਪ, ਇਹ ਤੇਰਾ ਹੁਣ ਸਮੇਂ ਬੇੜਾ ਬੰਨਣ ਦਾ ਸੱਜਣਾ। ਓ ਬੇੜਾ ਬੰਨ ਲੈ ਮਨਾ, ਬੇੜਾ ਬੰਨ ਲੈ ਮਨਾ, ਬਨ ਲੈ ਮਨਾ, ਵਿੜਾ ਬਨ ਲੈ ਮਨਾ, ਵੀ ਵਿੜਾ ਹੁਣ ਹੈ ਵਕਤ ਹੈ ਇਹਨੂੰ ਵਿਚਾਰ, ਅਗਲੀ ਆਸ ਛੱਡ ਦੇ। ਜੈਸੇ ਬਾਬਾ ਫਰੀਦ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਲਗਨ ਕੈਸੇ ਲੱਗੀ ਮਾਤਾ ਤੋਂ ਲਗਨ ਲੱਗੀ ਸੀ। ਪੁੱਤਰ ਨੂੰ ਹਰ ਇੱਕ ਮਾਤਾ ਪ੍ਰੇਮ ਕਰਦੀ ਹੈ, ਪਿਆਰ ਕਰਦੀ ਹੈ, ਪਰ ਬਾਬਾ ਫਰੀਦ ਜੀਆਂ ਦੇ ਮਾਤਾ ਦੇ ਮਨ ਦੇ ਵਿੱਚ ਕੀ ਸੀ ਕਿ ਮੇਰਾ ਪੁੱਤਰ ਭਗਤ ਬਣ ਜਾਵੇ, ਉੱਚੀ ਕਮਾਈ ਦਾ ਮਾਲਕ ਹੋਵੇ,
ਇਹ ਪ੍ਰੇਮ ਦੀ ਡੋਰ ਪ੍ਰੀਤ ਰਾਮ ਦੇ ਨਾਲ ਪਾ ਲਵੇ, ਮੈਂ ਆਹੀ ਕੁਛ ਚਾਹੁੰਦੀ ਹਾਂ। ਰੋਜ਼ ਦੀ ਰੋਜ਼ ਪੁੱਤਰ ਬੰਦਗੀ ਕਰਿਆ ਕਰ, ਕਹਿੰਦੇ ਮਾਤਾ ਜੀ ਕੀ ਮਿਲੂਗਾ ਬੰਦਗੀ ਕਰਕੇ, ਭਜਨ ਕਰਕੇ ਇਹ 'ਚ ਪ੍ਰਾਪਤ ਕੀ ਹੋਣਾ? ਕਹਿੰਦੇ ਤੈਨੂੰ ਭਗਵਾਨ ਮਿੱਠੀਆਂ ਵਸਤੂਆਂ ਚੀਜ਼ਾਂ ਦਿਆ ਕਰੂਗਾ। ਬਾਲਕੇ ਹੁੰਦੇ ਛੋਟੇ ਨਿਆਣੇ ਅਸੀਂ, ਲਾਲਚ ਹੁੰਦਾ ਆਹ ਚੀਜ਼ ਮਿੱਠੀ ਹੈ, ਇਹ ਦਿਲ ਕਰਦਾ ਛਕਣ ਵਾਸਤੇ। ਪਰ ਬਾਬਾ ਫਰੀਦ ਜੀ ਨੂੰ ਦਰਗਾਹੀ ਵਸਤੂ ਮਿਲਣੀ ਸੀ। ਇਹ ਹਰ ਇੱਕ ਦੇ ਮਸਤਕ 'ਤੇ ਨਹੀਂ ਹੈ, ਬਾਬਾ ਫਰੀਦ ਜੀ ਨੂੰ। ਅੱਛਾ ਮਾਤਾ ਜੀ, ਤੂੰ ਪੁੱਤਰ ਬੈਠ ਤਾਂ ਸਹੀ ਆ, ਪਟੜੇ 'ਤੇ ਬੈਠ ਜਾ, ਤੈਨੂੰ ਰੱਬ ਕੋਈ ਐਸੀ ਮਿੱਠੀ ਚੀਜ਼ ਦੇਊਗਾ, ਫਿਰ ਦੱਸੀ ਤੂੰ। ਕਹਿੰਦੇ ਠੀਕ ਹੈ ਮਾਤਾ ਜੀ। ਬੈਠ ਗਏ, ਅੱਖਾਂ ਬੰਦ ਕਰ ਲੈ, ਮੀਚ ਲੈ। ਕਹਿੰਦੇ ਠੀਕ ਹੈ, ਨੇਤਰ ਬੰਦ ਕਰ ਲਏ। ਲੁਕੋ ਕੇ ਮਾਤਾ ਨੇ ਪਟੜੇ ਦੇ ਹੇਠਾਂ ਸ਼ੱਕਰ ਰੱਖ ਦਿੱਤੀ। ਸ਼ੱਕਰ ਰੱਖ ਕੇ ਕੁਛ ਸਮੇਂ ਬਾਅਦ ਉੱਠੇ ਬਾਬਾ ਫਰੀਦ ਜੀ, ਉਸ ਖੁਦਾ ਦਾ ਨਾਮ ਲੈ ਰਹੇ ਨੇ, ਅੱਲਾ ਦਾ ਨਾਮ ਲੈ ਰਹੇ ਨੇ। ਲੈਂਦੇ ਲੈਂਦਿਆਂ ਕੁਛ ਸਮਾਂ ਬੀਤ ਗਿਆ, ਰੱਬ ਦਾ ਨਾਮ ਕਹਿ ਦਿਓ। ਆਵਲ ਅਲਹ ਨੂਰ ਪਾਇਆ, ਉੱਥੋਂ ਅੱਲਾਹ ਦਾ ਹੀ ਨੂਰ ਹੈ। ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਇਹ ਤਾਂ ਅੱਲਾਹ ਦਾ ਨੂਰ ਹੈ। ਅੱਛਾ, ਜਦੋਂ ਉੱਠੇ ਕਹਿੰਦੇ ਦੇਖ ਤਾਂ ਸਹੀ, ਕਹਿੰਦੇ ਇੱਥੇ ਕੁਛ ਰੱਖਿਆ ਤਾਂ ਹੈ ਨਹੀਂ ਮਾਂ। ਕਹਿੰਦੇ ਨਹੀਂ ਪੁੱਤਰ, ਤੂੰ ਹੱਥ ਮਾਰ ਕੇ ਦੇਖ। ਜੇ ਸਿੱਧਾ ਆਪ ਨਿਕਾਲ ਕੇ ਦੇ ਦਿੰਦੇ ਨੇ ਤਾਂ ਉੱਥੇ ਸ਼ੰਕਾ ਹੋ ਜਾਂਦੀ ਵੀ ਇਹ ਕਿਤੇ ਮੇਰੀ ਮਾਂ ਨੇ ਤਾਂ ਨਹੀਂ ਰੱਖਤਾ। ਰੱਖਿਆ ਮਾਂ ਨੇ ਜ਼ਰੂਰ ਸੀ, ਲਗਨ ਲਾਉਣ ਵਾਸਤੇ। ਇਹਦੀ ਸ਼ਰਧਾ ਵੱਜ ਜਾਵੇ ਰੱਬ 'ਤੇ। ਜੈਸੇ ਮਹਾਂਪੁਰਖ ਬੜੀਆ ਸਟੇਜਾਂ 'ਤੇ ਜੋੜਨਹਾਰ ਉਹ ਸੰਤ ਸਾਧੂ ਜੋੜਦੇ ਨੇ, ਜੋੜ ਕੇ ਗਏ ਮੇਰੇ ਗੁਰੂ ਦੇਵ ਇਹ ਨਗਰ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ ਬੜੇ ਪਿਆਰ ਦੇ ਨਾਲ। ਜਦੋਂ ਦੇਖਿਆ ਮਾਂ ਇਹਦੇ ਹੇਠ ਸ਼ੱਕਰ ਪਈ ਹੈ, ਕਹਿੰਦੇ ਸ਼ੱਕ। ਇੱਕ ਦਿਨ ਲੰਘਿਆ, ਦੋ ਦਿਨ ਐਵੇਂ ਹੀ ਕਰਦੇ ਜਾ ਰਹੇ ਨੇ। ਕੁਛ ਦਿਨਾਂ ਬਾਅਦ ਮਾਤਾ ਜੀ ਭੁੱਲ ਗਏ ਸ਼ੱਕਰ ਰੱਖਣੀ, ਗੁਆਂਢ 'ਚ ਚਲੇ ਗਏ ਨੇੜੇ। ਬਾਬਾ ਫਰੀਦ ਜੀ ਉਸੇ ਤਰ੍ਹਾਂ ਫਿਰ ਬੈਠ ਗਏ। ਬੈਠੇ ਬੈਠਿਆਂ ਨੂੰ ਸਮਾਂ ਜ਼ਿਆਦਾ ਬੀਤ ਗਿਆ, ਪਰ ਉੱਧਰੋਂ ਭਗਵਾਨ ਨੇ ਕੀ ਦੇਖਿਆ ਹੈ? ਕਹਿੰਦੇ ਅੱਜ ਭੋਲੀ ਮਾਤਾ ਸ਼ੱਕਰ ਰੱਖਣੀ ਭੁੱਲ ਗਈ, ਮਿਠਾਸ ਹੁਣ ਇਹ ਡਿਊਟੀ ਕਰਨੀ ਪੈਣੀ ਹੈ। ਰੱਬ ਨੂੰ ਆਪ ਖੁਦ ਖੁਦਾ ਨੂੰ ਆਪ ਲਿਆ ਕੇ ਸ਼ੱਕਰ ਰੱਖ ਗਿਆ ਭਗਵਾਨ ਖੁਦ, ਕਿਉਂਕਿ ਭਗਤਾਂ ਦੀ ਲਾਜ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਉਹ ਮਾਤਾ ਵਾਸਤੇ ਕਿਤੇ ਪ੍ਰੀਤ ਨਾ ਟੁੱਟ ਜਾਵੇ, ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਐਸੀ ਮਾਧੋ। ਹੁਣ ਉਹ ਪ੍ਰੇਮ ਵਾਸਤੇ ਕਿਤੇ ਇਹਦਾ ਮਨ ਹਿੱਲ ਨਾ ਜਾਵੇ, ਮਾਤਾ ਨੇ ਇਤਨੀ ਮਿਹਨਤ ਕੀਤੀ ਹੈ, ਮੇਰਾ ਪੁੱਤਰ ਹੈ, ਆਪ ਭਗਵਾਨ ਨੇ ਸ਼ੁਕਰ ਰੱਖ ਦਿੱਤੀ।
ਬਾਬਾ ਜੀਆਂ ਦੀ ਜਿਸ ਵਕਤ ਸਮਾਧੀ ਖੁੱਲ੍ਹੀ, ਦੇਖਦੇ ਨੇ ਜਦੋਂ ਕੱਢੀ ਕੌਲੀ ਭਰੀ ਹੋਈ ਸ਼ੱਕਰ ਘੀ ਦੀ, ਘਿਓ ਕਹਿ ਲਈਏ ਵਿੱਚ ਪਾਇਆ, ਬਹੁਤ ਮਿਠਾਸ ਹੈ ਪਹਿਲਾਂ ਨਾਲੋਂ ਵੀ, ਕਿਉਂਕਿ ਭਗਵਾਨ ਦੇ ਹੱਥੋਂ ਆਈ ਹੋਵੇ। ਅਸੀਂ ਵੀ ਕਹਿ ਦਿੰਦੇ ਸਾਨੂੰ ਆ ਸੰਤਾਂ ਨੇ ਦਰਸ਼ਨ ਦਿੱਤੇ ਨੇ, ਮੈਨੂੰ ਆਹ ਕੁਛ ਕਹਿ ਗਏ, ਕਿੰਨੀ ਖੁਸ਼ੀ ਹੁੰਦੀ ਹੈ। ਪਰ ਇੱਕ ਭਗਵਾਨ ਰੱਬ ਆਪ ਰੱਖ ਕੇ ਜਾਂਦਾ ਹੋਵੇ, ਉਧਰੋਂ ਮਾਤਾ ਜੀਆਂ ਨੂੰ ਜਦੋਂ ਯਾਦ ਆਇਆ, ਬਹੁਤ ਜਲਦੀ ਦੇ ਵਿੱਚ ਆ ਗਏ, ਕਿਤੇ ਉੱਠਦਾ ਨਹੀਂ ਖੜਿਆ ਫਰੀਦ, ਮੈਂ ਜਾ ਕੇ ਉਹਦੇ ਉੱਠਣ ਤੋਂ ਪਹਿਲਾਂ ਸ਼ੱਕਰ ਰੱਖ ਦੇਵਾਂ, ਮੈਂ ਭੁੱਲ ਗਈ ਅੱਜ ਆਉਂਦਿਆਂ ਨੂੰ ਬਾਬਾ ਫਰੀਦ ਜੀ ਛਕਣ ਲੱਗੇ ਹੋਏ ਨੇ। ਦੇਖਦੇ ਨੇ ਇਹ ਅਚਰਜ ਖੇਡ ਹੈ, ਅਸਚਰਜ ਕਰਨ ਵਾਲੀ ਹੈ। ਦੇਖਿਆ ਫਰੀਦ ਚੁੱਪ ਕਰ ਗਏ, ਕਹਿੰਦੇ ਮਾਂ ਕੀ ਗੱਲ ਹੋ ਗਈ ਅੱਜ, ਕਹਿੰਦੇ ਨਹੀਂ ਕੁਛ ਨਹੀਂ ਹੋਈ, ਪਰ ਇੱਕ ਗੱਲ ਦੱਸ ਮਾਂ। ਹਾਂ ਪੁੱਤਰ ਬੋਲ, ਗੱਲ ਕਰ। ਕਹਿੰਦੇ ਜਿਹੜੀ ਅੱਜ ਸ਼ੱਕਰ ਮੈਂ ਛੱਕ ਰਿਹਾ ਹੈ ਮਿੱਠਾ, ਇਹਦਾ ਸਵਾਦ ਕਹਿ ਦੇਈਏ, ਬਹੁਤ ਮਿਠਾਸ ਹੈ ਇਹਨਾਂ, ਜਿਵੇਂ ਮਾਖਿਓ ਦਾ ਹੁੰਦਾ, ਮਖਿਆਲ ਦਾ ਹੁੰਦਾ। ਬਾਬਾ ਫਰੀਦ ਜੀ ਨਹੀਂ ਹੈ ਬੜੇ ਪਿਆਰ ਨਾਲ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਆਂਜਾ ਦੁੱਧ, ਬਈ ਸਵੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਵਸਤੂਆਂ ਸਾਰੀਆਂ ਹੀ ਮਿੱਠੀਆਂ ਨੇ, ਇੱਕ ਰੱਬ ਦੇ ਨਾਂ ਦੇ ਉੱਪਰ ਦੀ ਕੋਈ ਵਸਤੂ ਨਹੀਂ ਹੈ, ਇੱਕੋ ਇੱਕ ਹੈ, ਤੇਰੇ ਨਾਮ ਦੇ ਬਰਾਬਰ ਹੈ ਨਹੀਂ। ਨਾਮ ਜਪਦੇ ਸੀ ਬਾਬਾ ਫਰੀਦ ਜੀ, ਪਰ ਕੀ ਕਹਿ ਰਹੇ ਨੇ, ਤੇਰੇ ਨਾ ਨਾਮ ਦੇ ਬਰਾਬਰ ਹੈ ਨਾ, ਤੇਰੇ ਨਾਮ ਦੇ ਬਰਾਬਰ ਹੈ ਨਾ, ਦੇ ਬਰਾਬਰ ਹੈ ਨਾ, ਤੇਰੇ ਨਾਮ ਦੇ ਬਰਾਬਰ ਹੈ ਨਾ, ਦੇ ਬਰਾਬਰ ਹੈ ਨਾ, ਤੇਰੇ ਨਾਮ ਦੇ ਬਰਾਬਰ ਹੈ ਨਾ ਬਾਬਾ,
ਬਰਾਬਰ ਹੈ ਨਾ ਸੁਧ ਕੇ ਅਖੰਡ ਮਿਸ਼ਰੀ ਨਾਮ ਦੇ ਬਰਾਬਰ ਹੈ ਨਾ ਸੁਧ ਕੇ ਅਖੰਡ ਮਿਸ਼ਰੀ ਤੇਰੇ ਨਾਮ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਸਵੇ ਵਾਸੂ ਮਿੱਠੀਆਂ ਰੱਬ ਨਾ ਪੂਜਣ ਵਾਸੂ ਸਾਰੀਆਂ ਹੀ ਅੱਛੀਆਂ ਨੇ ਪਰ ਬਾਬਾ ਫਰੀਦ ਜੀ ਕਹਿੰਦੇ ਪਹਿਲਾਂ ਨਾਲੋਂ ਵੀ ਇਹ ਮਿਠਾਸ ਹੈ ਕਹਿੰਦੇ ਅੱਛਾ ਪੁੱਤਰ ਕੀ ਗੱਲ ਮਾਤਾ ਜੀ ਪੁੱਛਦੇ ਨੇ ਹੁਣ ਟਾਲਣ ਲੱਗੇ ਨੇ ਮਾਤਾ ਜੀ ਟਾਲਦੇ ਨੇ ਕਹਿੰਦੇ ਨਹੀਂ ਸੱਚ ਦੱਸ ਜਿਵੇਂ ਧਰੂ ਨੇ ਆਪਦੀ ਮਾਤਾ ਨੂੰ ਪੁੱਛਿਆ ਸੀ ਸੱਚ ਦੱਸ ਮਾਏ ਮੇਰੀ ਹੈ ਜਿੱਥੋਂ ਵੈਰਾਗ ਲੱਗਿਆ ਹੈ ਇਹ ਵੈਰਾਗ ਦੀ ਅਵਸਥਾ ਸ਼ੁਰੂ ਕਿੱਥੋਂ ਹੁੰਦੀ ਹੈ ਬਾਲਪਣ ਤੋਂ ਕਹਿੰਦੇ ਤੂੰ ਐਂ ਕਰ ਪੁੱਤਰ ਹੁਣ ਬੰਦਗੀ ਕਾਰ ਬਾਹਰ ਜਾ ਕਹਿੰਦੇ ਕਿੱਥੇ ਜਾਵਾਂ ਮਾਂ ਜੀ ਤਾਂ ਛੋਟੀ ਉਮਰ ਹੈ ਕਹਿੰਦੇ ਨਹੀਂ ਉਮਰਾਂ ਕਿਹਦੀਆਂ ਨੇ ਕਿਸਨੇ ਦੇਖੀ ਹੈ ਉਮਰ ਅੱਛਾ ਮਾਤਾ ਜੀ ਬਾਹਰ ਚਲਿਆ ਜਾ ਤੈਨੂੰ ਉੱਥੇ ਬਹੁਤ ਸੁੰਦਰ ਜਿਵੇਂ ਫੁੱਲ ਬਗੀਚੇ ਬਾਗ ਐਸੀ ਚੀਜ਼ ਮਿਲੂਗੀ ਜਾਂ ਚਲਿਆ ਜਾ ਕਹਿੰਦੇ ਬਾਹਰ ਜਾ ਕੇ ਆਹ ਵਸਤੂਆਂ ਹੈ ਕਹਿੰਦੇ ਹਾਂ ਹੈ ਜ਼ਰੂਰ ਮੇਵੇ ਤੈਨੂੰ ਛਕਣ ਵਾਸਤੇ ਠੀਕ ਹੈ ਮਾਤਾ ਜੀ ਬਹੁਤ ਸੁੰਦਰ ਜਿਵੇਂ ਮਹਿਲ ਬਣਿਆ ਹੁੰਦਾ ਕੋਟ ਉਸਰੇ ਹੋਣਗੇ ਤੈਨੂੰ ਸੁੰਦਰ ਮਕਬਲੀ ਗਦੈਲੇ ਹੋਣਗੇ ਤੇਰੇ ਹੇਠ ਜਾਵਾਂ ਕਿਤੇ ਕਹਿੰਦੇ ਰੋਈਆਂ ਨੂੰ ਚੜ ਜਾ ਬਣਾਂ ਨੂੰ ਚਲਿਆ ਜਾ ਮਾਤਾ ਜੀ ਤੁਸੀਂ ਇੰਨਾ ਕੁਛ ਕਹਿ ਰਹੇ ਹੋ ਪਰ ਮੈਂ ਬਣਾਂ ਦੇ ਵਿੱਚ ਜਾਊਂਗਾ ਉੱਥੇ ਆ ਜਿਹੜੇ ਕੋਟ ਕਹਿ ਰਹੇ ਹੋ ਕਿੱਥੇ ਉਸਰੇ ਹੋਣਗੇ ਉਹ ਤਾਂ ਬਣ ਨੇ ਅੱਛਾ ਮੇਵੇ ਛਕਣ ਨੂੰ ਕਿੱਥੇ ਮਿਲਣਗੇ ਨਹੀਂ ਮੁਸ਼ਕਲ ਹੈ ਆਰਾਮ ਕਰਨ ਵਾਸਤੇ ਰੇਸ਼ਮੀ ਗਦੈਲੇ ਮਖਮਲੀ ਕਿੱਥੋਂ ਮਿਲਣਗੇ ਅੱਛਾ ਪੁੱਤਰ ਇਹ ਐਵੇਂ ਹੀ ਹੋਣਾ ਤੈਨੂੰ ਤੂੰ ਵੈਰਾਗ ਦੀ ਅਵਸਥਾ 'ਚ ਆ ਉਹ ਕੀ ਹੈ ਕਹਿੰਦੇ ਜਦੋਂ ਤੂੰ ਘਰ ਛੱਡੇਗਾ ਨਾ ਇੱਧਰ ਧਿਆਨ ਨਾ ਰੱਖੀਂ ਆਪਣੇ ਘਰ ਦਾ ਮਾਤਾ ਤੋਰ ਰਹੇ ਨੇ ਬਾਬਾ ਫਰੀਦ ਜੀ ਨੂੰ ਕਹਿੰਦੇ ਜਦੋਂ ਜਾਊਂਗਾ ਉੱਥੇ ਬਣਾਂ ਦੇ ਵਿੱਚ ਰੇਸ਼ਮੀ ਗਦੈਲਿਆਂ ਦੀ ਗੱਲ ਕੀਤੀ ਆ ਮਖਬਲੀ ਕਹਿੰਦੇ ਹਾਂ ਮਾਤਾ ਜੀ ਸਮਝਾਉਣ ਲੱਗੇ ਨੇ ਪੁੱਤਰ
ਜਦੋਂ ਤੈਨੂੰ ਅਤਿਅੰਤ ਭੁੱਖ ਲੱਗੀ ਹੋਉ ਉਦੋਂ ਉਸ ਵਕਤ ਭਾਵੇਂ ਤੂੰ ਬਿਰਸ਼ਾਂ ਦੇ ਪੱਤੇ ਸੂਤ ਕੇ ਛਕ ਲਈ, ਤੈਨੂੰ ਮੇਵਿਆਂ ਨੂੰ ਵੀ ਜ਼ਿਆਦੇ ਅੱਛੇ ਲੱਗਣਗੇ, ਭੁੱਖ ਲੱਗੀ ਹੋਊਗੀ। ਠੀਕ ਹੈ ਮਾਤਾ ਜੀ, ਤੈਨੂੰ ਨੀਂਦ ਰਾਣੀ ਨੇ ਝੂਟਾ ਦੇਣਾ। ਉਸ ਵਕਤ ਭਾਵੇਂ ਰੋੜਾਂ 'ਤੇ ਸੌਂ ਜੀ, ਤੈਨੂੰ ਪਤਾ ਨਹੀਂ ਲੱਗਣਾ ਸੌਂ ਕੇ ਵੀ ਮੈਂ ਰੋੜਾਂ 'ਤੇ ਪਿਆ ਜਾਂ ਗਦੈਲਿਆਂ 'ਤੇ ਸੁੱਤਾ ਪਿਆ। ਪਹਿਲਾਂ ਦੇਖਦੇ ਵੀ ਰਹੇ ਇਹ ਨਾਲ ਨਹੀਂ ਮੈਂ ਮਿਲਾਉਂਦਾ, ਬਜ਼ੁਰਗ ਜਿਵੇਂ ਦਾਦੇ ਹੋਣੇ ਪਿਤਾ ਹੋਣਾ ਖੇਤਾਂ ਦੇ ਵਿੱਚ ਹਲ ਵਾਹੁੰਦੇ, ਉਹਨਾਂ ਨੇ ਕਿਤੇ ਉੱਥੇ ਦੇਖਣਾ ਨਾ ਮੰਜਾ ਹੁੰਦਾ ਸੀ, ਐਂ ਡਲੇ ਹੋਣੇ ਉੱਥੇ ਨੇੜੇ ਹੀ ਸੌਂ ਜਾਣਾ ਉੱਥੇ, ਕਿਉਂਕਿ ਆਰਾਮ ਕਰਨਾ। ਤੈਨੂੰ ਉਹ ਮੇਵੇ ਲੱਗਣਗੇ ਅਤੇ ਨਾਲੇ ਕੋਟ ਉਸਰੇ ਹੋਣਗੇ, ਤੈਨੂੰ ਹਵਾ ਰੋਸ਼ਨੀ ਸਭ ਕੁਛ ਉੱਥੇ ਹੋਊਗੀ ਸੂਰਜ ਦੇਵਤਾ ਦੀ। ਸਤ ਵਚਨ ਕਹਿ ਕੇ ਮਨ ਵੈਰਾਗ ਪਿਆ, ਹੁਣ ਮਨ ਹੋ ਕੇ ਵੈਰਾਗੀ ਉੱਠ ਚੱਲਿਆ ਜੋਗ ਦੇ। ਹੁਣ ਨਾਮ ਜਪਣ ਵਾਸਤੇ ਬਾਬਾ ਫਰੀਦ ਜੀ ਘਰ ਨੂੰ ਛੱਡਣਾ ਬੜਾ ਔਖਾ ਹੈ, ਘਰ ਛੋੜ ਕੇ ਜਾ ਰਹੇ ਨੇ। ਮਾਤਾ ਜੀਆਂ ਤੋਂ ਆਗਿਆ ਲਈ ਹੈ, ਨਮਸਕਾਰ ਕੀਤੀ ਹੈ। ਮੈਂ ਉਹ ਅਵਸਥਾ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਤੁਹਾਡੇ ਨਾਲ ਪ੍ਰੇਮ ਪਾਇਆ, ਸੰਤ ਮਹਾਰਾਜ ਛੋੜਾ ਸਾਹਿਬ ਵਾਲੇ ਜਦੋਂ ਘਰ ਛੱਡਿਆ ਸੀ ਨਾਲ ਦਾ ਸੱਜਣ, ਉਹ ਵੀ ਪਹਿਲਾਂ ਮਤਾ ਪਕਾ ਲਿਆ ਵੀ ਦੋ ਇਕੱਠੇ ਘਰੋਂ ਚੱਲਾਂਗੇ, ਪਰ ਜਦੋਂ ਜਾਣ ਦਾ ਸਮਾਂ ਆਇਆ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ, ਕੁੰਡਾ ਨਹੀਂ ਖੋਲ੍ਹਿਆ, ਸਮਾਂ ਮਿਥਿਆ ਹੋਇਆ। ਸੰਤ ਮਹਾਰਾਜ ਨੇ ਆਵਾਜ਼ ਵੀ ਦਿੱਤੀ ਪਰ ਨਹੀਂ ਜਾਗਿਆ। ਚੋਰੀਓ ਘਰ ਤੋਂ ਨਮਸਕਾਰ ਕਰਕੇ ਮਾਤਾ ਜੀ ਆਉਂਦੇ, ਰਾਤ ਦੇ ਸਮੇਂ ਲੰਘੇ ਸੀ ਮਨ ਵੈਰਾਗੀ ਹੋਏ ਅਤੀਤਾ, ਮਨ ਹੋ ਕੇ ਸੀ ਵੈਰਾਗੀ ਉੱਠ ਚੱਲਿਆ। ਮਨ ਹੋ ਕੇ ਵਿਰਾਗੀ ਉੱਠ ਚੱਲਿਆ, ਮਨ ਹੋ ਕੇ ਵਿਰਾਗੀ ਉੱਠ ਚੱਲਿਆ ਜੋਗ ਦੇ ਕਮਾਉਣ ਵਾਸਤੇ, ਸੰਗਤੇ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਵਿਰਾਗੀ ਉੱਠ ਚੱਲਿਆ ਮਨ ਹੋ ਕੇ ਹੋ
ਕੇ ਵੈਰਾਗੀ ਉੱਠ ਚੱਲਿਆ ਜੋਗ ਦੇ ਕਮਾਉਣ ਵਾਸਤੇ ਸੰਗਤੇ ਸੰਗਤੇ ਜੋਗ ਦੇ ਕਮਾਉਣ ਵਾਸਤੇ ਮਨ ਹੋ ਕੇ ਉੱਠ ਚੱਲਿਆ ਮਨ ਹੋ ਕੇ ਜੋਗੇ ਵਰਾਗੀ ਉੱਠ ਚੱਲਿਆ ਜੋਗ ਦੇ ਕਮਾਉਣ ਵਾਸਤੇ ਪਿਆਰੇ ਪਿਆਰੇ ਜੋਗ ਦੇ ਕਮਾਉਣ ਵਾਸਤੇ ਮਨ ਹੋ ਕੇ ਹੋ ਕੇ ਵੈਰਾਗੀ ਉੱਠ ਮਨ ਵੈਰਾਗੀ ਹੋਏ ਅਤੀਤਾ ਧਰੂਹ ਵਾਲੀ ਅਵਸਥਾ ਮਹਾਂਪੁਰਖ ਵੀ ਛੋੜ ਕੇ ਜਾ ਰਹੇ ਕਿੱਥੇ ਪਹੁੰਚੇ ਗੁਰੂ ਸਰ ਚੱਕਰ ਦੇ ਨੇੜੇ ਪਹਿਲਾਂ ਸਿੱਧੇ ਗੁਰੂ ਸਰ ਚੱਕਰ ਨਹੀਂ ਗਏ ਨਮਸਕਾਰਾਂ ਕੀਤੀਆਂ ਨਾਨਕ ਸਰ ਕਲੇਰਾਂ ਖੋਜਦੇ ਨੇ ਕੋਈ ਐਸਾ ਸਥਾਨ ਮਿਲ ਜਾਏ ਜਿੱਥੇ ਮੈਂ ਇਕਾਂਤ ਜਗ੍ਹਾ 'ਤੇ ਬੈਠ ਕੇ ਨਾਮ ਜਪਾਂ ਭਗਤੀ ਕਰਾਂ ਬੰਦਗੀ ਕਰਾਂ ਉਹ ਟਿਕਾਣਾ ਥਾਂ ਧਰਤੀ ਦਾ ਪਤਾ ਲੱਗਿਆ ਹੈ ਗੁਰੂ ਸਰ ਚਾਕਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਧੰਨ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਮੈਂ ਧਾਰਨਾ ਇਹ ਕਾਂਜਲਾ ਸਾਹਿਬ ਦਾ ਕੱਲ੍ਹ ਤੋਂ ਇੱਕ ਦਿਨ ਪਹਿਲਾਂ ਉੱਥੇ ਅੱਗੇ ਖਾਲਸਾ ਸਾਜਨਾ ਦਿਵਸ ਆ ਰਿਹਾ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਤੇਰਾ ਖਾਲਸਾ ਕਦੇ ਨਾ ਡੋਲੇ
ਬਾਬਾ ਉਦੋਂ ਧਰਤੀ ਡੋਲ ਗਈ ਸੀ ਜਦੋਂ ਬਾਬੇ ਸਾਹਿਬਜ਼ਾਦਿਆਂ ਦਾ ਦਿਵਸ ਦਿਨ ਆਇਆ ਉਦੋਂ ਖਾਲਸਾ ਨਹੀਂ ਡੋਲਿਆ ਜੰਗ ਯੁੱਧ ਕੀਤੇ ਤੇਰਾ ਖਾਲਸਾ ਕਦੇ ਨਾ ਡੋਲੇ ਧਰਤੀ ਬਿਸ਼ੱਕ ਡੋਲ ਜੇ ਡੋਲੇ ਖਾ ਗਈ ਸੀ ਇਹ ਕੀ ਕਹਿਰ ਕਮਾਇਆ ਬਹੁਤ ਅੱਛਾ ਚਲੋ ਹੁਣ ਮੈਂ ਕਿ ਬਾਬਾ ਫਰੀਦ ਵਾਲੀ ਅਵਸਥਾ ਮਹਾਂਪੁਰਖ ਵੀ ਕਿਹੜੀ ਅਵਸਥਾ 'ਚ ਵਿਚਰਦੇ ਨੇ ਧੰਨ ਬਾਬਾ ਵੀਰ ਅਮਦਾਸ ਜੀ ਮਹਾਰਾਜ ਜਿਨ੍ਹਾਂ ਨੇ ਸਾਧੂਆਂ ਨੂੰ ਸੰਤਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਬਖਸ਼ਿਸ਼ਾਂ ਬਖਸ਼ਿਸ਼ ਕੇ ਦਾਤੇ ਉਹਨਾਂ ਤੋਂ ਬਰੋਸਾਏ ਹੋਏ ਬਾਬਾ ਜੀ ਬਾਬਾ ਪੂਰਨ ਦਾਸ ਜਪ ਤਪ ਕਰਦੇ ਸੀ ਕਥਾ ਕੀਰਤਨ ਕਰਦੇ ਮੇਰੇ ਗੁਰੂ ਦੇਵ ਸ਼੍ਰੀ ਮਾਨਿਕ 111 ਮਹਾਂਪੁਰਖ ਸੰਤ ਜੀ ਮਹਾਰਾਜ ਗੁਰੂ ਸਰ ਚੱਕਰ ਅੱਗੇ ਨਾਲ ਨੇੜੇ ਲੱਗਦੇ ਹੀ ਤਿੰਨ ਪਾਤਸ਼ਾਹੀਆਂ ਦਾ ਗੁਰਸਥਾਨ ਨੇ ਮੈਂ ਦਰਸ਼ਨ ਕਰੇ ਚਲੋ ਜਾਓ ਤਖਤੂਪੁਰਾ ਨਗਰ ਆ ਗਿਆ ਨੇੜੇ ਚੜ੍ਹਦੀ ਅਵਸਥਾ ਮਹਾਂਪੁਰਖ ਸੁਣਾਉਣ ਲੱਗੇ ਕਹਿੰਦੇ ਇੱਕ ਵਾਰੀ ਸਾਡੇ ਨਾਲ ਅੱਛੇ ਕੀਰਤਨੀਏ ਅੱਛੇ ਸਾਜੀ ਸੂਰਮੇ ਸਿੰਘ ਸੀ ਉਹ ਬੈਠੇ ਕੀਰਤਨ ਕਰਿਆ ਕਰਦੇ ਪਾਤਸ਼ਾਹੀਆਂ ਦੇ ਅਸਥਾਨ 'ਤੇ ਸਾਡਾ ਮਿਲਾਪ ਹੋ ਗਿਆ ਸੰਤਾਂ ਨਾਲ ਉਹਨਾਂ ਨਾਲ ਗਿਆਨੀ ਜੀਆਂ ਨਾਲ ਉਹਦੇ ਨਾਲ ਨਾਲ ਪ੍ਰੇਮ ਪਿਆ ਗੁਰੂ ਸਰ ਚੱਕਰ ਤੋਂ ਤੁਰ ਕੇ ਮਹਾਂਪੁਰਖ ਉੱਥੇ ਜਾਇਆ ਕਰਦੇ ਕਹਿੰਦੇ ਹੁਣ ਕੀਰਤਨ ਕਰਿਆ ਕਰਨਾ ਇੱਕ ਦਿਨ ਕਹਿਣ ਲੱਗੇ ਉਹ ਗਿਆਨੀ ਜੀ ਰਾਗੀ ਸਾਹਿਬ ਕਹਿੰਦੇ ਜਿਸ ਵਕਤ ਮੈਂ ਕਹੂੰਗਾ ਉਦੋਂ ਫਿਰ ਤੂੰ ਆਵਾਜ਼ਾਂ ਸੰਭਾਲ ਲਈ ਪਹਿਲਾਂ ਮੈਂ ਕੀਰਤਨ ਕਰਦਾ ਬੜਾ ਕੀਰਤਨ ਕੀਤਾ ਮਹਾਂਪੁਰਖਾਂ ਨੇ ਨਾਲ ਮਰਦੰਗ ਵਜਾਈ ਢੋਲਕੀ ਖੁਸ਼ ਹੋ ਗਏ ਉਹਨਾਂ ਦੇ ਨਾਲ ਨਾਲ ਸਮਾਂ ਆਇਆ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਮਹਾਂਪੁਰਖਾਂ ਨੇ ਬਾਜਾ ਫੜ ਲਿਆ ਜਦੋਂ ਕਹਿੰਦੇ ਅਸੀਂ ਨਾ ਹਾਰਮੋਨੀਅਮ ਦੀ ਸੁਰ 'ਤੇ ਹੱਥ ਰੱਖਿਆ ਸੰਗਤ ਪਤਾ ਨਹੀਂ ਕਿੱਧਰੋਂ ਆ ਗਈ ਉਹ ਕਹਿਣ ਲੱਗੇ
ਉੱਠ ਕੇ ਬਾਅਦ 'ਚ ਉਹਨਾਂ ਨੇ ਆਪ ਮਰਦੰਗ ਫੜ ਲਈ। ਸੰਤ ਮਹਾਰਾਜ ਕੀਰਤਨ ਕਰਦੇ ਨੇ, ਕਹਿੰਦੇ ਜਦੋਂ ਮੈਂ ਕੀਰਤਨ ਕਰਦਾ ਸੀ ਸੰਗਤ ਤਾਂ ਬਹੁਤ ਸੀ। ਕਹਿੰਦੇ ਜੀ ਹਾਂ, ਜਦੋਂ ਤੂੰ ਕੀਰਤਨ ਕਰਦਾ ਸੀ, ਤੁਸੀਂ ਕਰਦੇ ਸੀ ਨਾ, ਬੜੀ ਆਵਾਜ਼ ਆਉਂਦੀ ਸੀ ਕਹਿੰਦੇ ਸੰਗਤ ਦੀ। ਅੰਮ੍ਰਿਤ ਸੇ ਮੀਠੇ ਜਾ ਕੇ ਬਚਨ, ਉਹਨਾਂ ਦੇ ਬਚਨ ਮਾਂ ਕਹਿ ਰਹੀ ਹੈ ਫਰੀਦ ਹੁਣ ਤਾਂ ਜਾਣਾ ਚਲਿਆ ਜਾ, ਮਨ ਵੈਰਾਗ ਪਿਆ, 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 ਬਾਬਾ ਫਰੀਦ ਜੀ ਜਾਂਦੇ ਜਾਂਦੇ ਮਨ 'ਚ ਵੈਰਾਗੀ ਹੋਏ ਤੁਰੇ ਜਾਂਦੇ ਨੇ। ਹੁਣ ਕਾਰਜ ਕਿਸ ਵਾਸਤੇ ਜਾਣਾ ਹੈ? ਆਪਣੇ ਮਾਰਗ 'ਤੇ ਰਸਤੇ 'ਤੇ ਤੁਰੇ ਜਾਂਦੇ ਨੇ, ਕਾਰਜ ਵਾਸਤੇ ਅਸੀਂ ਵੀ ਜਾਂਦੇ ਹਾਂ। ਅੱਜ ਕੰਗਣਵਾਲ ਸੈਂਟਰ 'ਚ ਜਾਣਾ ਹੈ, ਉੱਥੇ ਦਰਸ਼ਨ ਕਰਾਂਗੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਾਲ ਨਾਲ ਸੰਗਤ ਦੇ। ਇਹ ਚਿੱਤ ਬਿਰਤੀ ਨੂੰ ਖਿੰਡਣ ਤੋਂ ਟਿਕਾ ਕੇ ਰੱਖਣਾ ਹੈ। ਸੋਚਦੇ ਨੇ ਬਾਬਾ ਫਰੀਦ ਜੀ ਹੁਣ ਮਿਲਣਾ ਕਿਹਨੂੰ ਹੈ, ਉਹ ਪ੍ਰੀਤਮ ਪਿਆਰੇ ਨੂੰ, ਜਿਸ ਪਿਆਰੇ ਸਿਓ ਨੇਹ, ਭਾਵੇਂ ਜਾਨ ਨਿਕਲ ਜਾਵੇ। ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ, ਤਾਂ ਕਹਿ ਪਾਛੈ ਜੀਵਣਾ, ਕਾਹਦਾ ਜੀਵਣਾ ਇੱਕ ਪਿਆਰੇ ਤੋਂ ਬਿਨਾਂ। ਮੈਂ ਧਾਰਨਾ ਤਾਂ ਹੁਣ ਚਲੋ ਬਾਬਾ ਫਰੀਦ ਜੀਆਂ ਦੇ ਨਾਲ ਮਿਲਦੀ, ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਜਾਊ, ਮਨ ਵੈ ਰਾਗ ਪਿਆ ਦਰਸ਼ਨ ਦੇਖਣੇ ਕਾ ਜਾਊ, ਮਨ ਵੈ ਰਾਗ ਦੇਖਣੇ ਕਾ ਜਾਓ, ਦੇਖਣੇ ਕਾ ਜਾਓ ਦਰਸ਼ਨ ਦੇਖਣੇ ਕਾ ਜਾਓ, ਦੇਖਣੇ ਕਾ ਜਾਓ ਦਰਸ਼ਨ, ਦੇਖਣੇ ਕਾ ਜਾਓ।
ਰਾਗ ਪਿਆ ਮਨ ਵੈਰਾਗ ਪਿਆ ਜੀਵਨ ਵੈਰਾਗ ਜਿਵੇਂ ਸੁਦਾਮਾ ਭਗਵਾਨ ਕ੍ਰਿਸ਼ਨ ਜੀਆਂ ਨੂੰ ਜਦੋਂ ਮਿਲਣ ਜਾ ਰਿਹਾ ਮਨ 'ਚ ਗਿੱਟੀਆਂ ਗਿਣਦਾ ਜਾ ਰਿਹਾ ਬਾਬਾ ਫਰੀਦ ਜੀ ਕਿੱਥੇ ਕੁ ਜਾਵਾਂ ਹੁਣ ਜੰਗਲਾਂ ਨੂੰ ਚੜ ਗਏ ਭਗਵਾਨ ਨੂੰ ਯਾਦ ਕਰਨ ਲੱਗੇ ਨੇ ਬੰਦਗੀ ਕਰਦੇ ਨੇ ਭਜਨ ਕਰਦੇ ਨੇ ਅਸੀਂ ਪਾਠ ਕਹਿ ਦਿੰਦੇ ਅਸੀਂ ਪਾਠ ਕਰਦੇ ਹਾਂ ਨਿਤਨੇਮ ਕਰਦੇ ਹਾਂ ਪਾਠ ਪੂਜਾ ਅੱਛਾ ਨਿਤਨੇਮ ਨਿਤ ਦਾ ਨੇਮ ਹੈ ਮੇਰਾ ਪਰਣ ਹੈ ਮੈਂ ਪੰਜ ਬਾਣੀਆਂ ਦਾ ਪਾਠ ਕਰਕੇ ਫਿਰ ਚਾਹ ਪਾਣੀ ਜਲ ਪਾਣੀ ਫਿਰ ਛਕਣਾ ਪਹਿਲੇ ਸਾਧੂਆਂ ਦਾ ਹੁੰਦਾ ਸੀ ਸੰਤਾਂ ਨੂੰ ਪਤਾ ਬੈਠੇ ਨੇ ਬਾਬਾ ਕੇਸਰ ਦਾਸ ਜੀਆਂ ਦੇ ਅੱਗੇ ਗੱਦੀ 'ਤੇ ਬੈਠੇ ਨੇ ਨਾਲ ਮੰਤ ਜੀ ਬੈਠੇ ਨੇ ਕੋਲ ਮੂਹਰੇ ਨੂੰ ਹੋ ਜਾਓ ਬਾਬਾ ਇੱਥੇ ਨੂੰ ਆ ਜਾਓ ਇੱਥੇ ਨੂੰ ਹੋ ਜਾਓ ਇੱਥੇ ਸਾਧੂ ਲੋਕ ਹੋ ਮੇਰੀ ਸਾਧੂਆਂ ਦੇ ਨਾਲ ਵਿਹਾਵੇ ਇਹੋ ਮੇਰੀ ਬੇਨਤੀ ਗੁਰਾ ਮਹਾਂਪੁਰਖਾਂ ਦੀਆਂ ਧਾਰਨਾ ਆਸਥਾ ਨਗਰ ਦੇ ਵਿੱਚ ਬਹੁਤ ਉੱਚੀਆਂ ਸਾਰੇ ਧਰਮਾਂ ਨੂੰ ਪ੍ਰੇਮ ਪਿਆਰ ਕਰਨ ਵਾਲਾ ਜਿਹਨੇ ਸਰਬ ਧਰਮ ਪੀਠ ਬਣਾਈ ਉੱਥੇ ਕੋਈ ਵੱਟ ਡੌਲ ਨਹੀਂ ਅੱਜ ਵੀ ਨਹੀਂ ਰੋੜਿਆਲ ਸਾਹਿਬ ਦੀ ਧਰਤੀ 'ਤੇ ਸਾਰੇ ਧਰਮਾਂ ਵਾਸਤੇ ਖੁੱਲ ਕੋਈ ਨਾਮ ਦਾ ਰਸੀਆ ਆਉਂਦਾ ਨਾਮ ਜਪਣ ਵਾਲਾ ਹੋਵੇ ਨਾ ਪਖੰਡ ਬਾਬਾ ਬੀਰਮ ਦਾਸ ਜੀਆਂ ਨੇ ਚੱਲਣ ਦਿੱਤਾ ਨਾ ਪੂਰਨ ਦਾਸ ਨੇ ਚੱਲਣ ਦਿੱਤਾ ਨਾ ਮੇਰੇ ਗੁਰੂ ਦੇਵ ਬਖਸ਼ਿਸ਼ ਦਾਤੇ ਨੇ ਚੱਲਣ ਦਿੱਤਾ ਉਹ ਡੇਰੇ 'ਚ ਹੁਣ ਬੈਠੇ ਹਾਂ ਉੱਥੇ ਸੇਵਾ ਕਰਦੇ ਹਾਂ ਬਾਬਾ ਜੀ ਚਲੇ ਗਏ ਵਣਾਂ 'ਚ ਖੜ ਕੇ ਜਾ ਕੇ ਬੰਦਗੀ ਕਰਦੇ ਨੇ ਜਟਾ ਜੂਟ ਹੋ ਗਏ 12 ਸਾਲ ਬੀਤ ਗਏ ਨਾਮ ਜਪਦਿਆਂ ਨੂੰ ਦੇਖਦੇ ਨੇ ਜੇ ਕੋਈ ਛਕਣਾ ਵੀ ਆ ਹਾਰ ਕਰਨਾ ਵੀ ਹੈ ਤਾਂ ਬਿਰਸ਼ਾਂ ਦੇ ਪੱਤੇ ਸੋਤ ਕੇ ਛਕ ਲੈਂਦੇ ਨੇ 12 ਸਾਲ ਬਾਅਦ ਫਿਰ ਮਾਤਾ ਜੀ ਦੀ ਯਾਦ ਆਈ ਚਲੋ ਹੁਣ ਮਾਂ ਨੂੰ ਤਾਂ ਮਿਲਿਆ ਵਾਂ 12 ਸਾਲ ਬੀਤ ਗਏ ਆਸ਼ੀਰਵਾਦ ਲੈ ਆ ਮਾਂ ਦੇਖਾਂ ਤਾਂ ਸਹੀ ਮਾਤਾ ਨੂੰ ਅੰਤਰਯਾਮਤਾ ਦਾ ਮਾਲਕ ਬਣ ਗਏ ਤੁਰੇ ਆਉਂਦੇ ਨੇ ਤੁਰ ਪਏ ਛੱਡਿਆ ਏ ਬਣਾ ਨੂੰ ਰਸਤੇ 'ਚ ਆਉਂਦੇ ਆਉਂਦੇ ਕਹਿੰਦੇ ਦੇਖ ਤਾਂ ਲਵਾਂ ਜਾ ਕਾ ਕਹਿਆ ਦਰਗਾਹ ਚੱਲੇ ਕਹਿੰਦੇ ਦੇਖਾਂ ਮੇਰਾ ਚੱਲਦਾ ਕਿਹਾ ਹੋਇਆ ਬਾਚਨ ਦਰਗਾਹ ਦੇ ਵਿੱਚ ਚੱਲਦਾ ਜਾਂ ਨਹੀਂ ਮੇਰੀ ਭਗਤੀ ਮਨਜ਼ੂਰ ਹੋਈ ਹੈ ਜਾਂ ਅਜੇ ਨਹੀਂ ਤੁਰੇ ਆਉਂਦੇ ਆਉਂਦਿਆਂ ਨੇ ਅਜਮਾਇਸ਼ ਕਰਨ ਲੱਗੇ ਨੇ ਖੂਹ 'ਤੇ ਚਿੜੀਆਂ ਰੌਲਾ ਪਾ ਰਹੀਆਂ ਨੇ ਕਹਿੰਦੇ ਮਰ ਜਾਓ ਸੌਂ ਗਈਆਂ ਥਾਂ ਇੱਕ ਸਾਧ ਵਚਨ ਟਲਾਦਾ ਉਹ ਤਾਂ ਐਡਾ ਭਗਤ ਹੋਇਆ ਸਾਧੂਆਂ ਦਾ ਵੀ ਬੋਲ ਨਹੀਂ ਟਲਦਾ
ਸਾਧ ਵਚਨ ਹੈ ਜਿਹੜਾ ਬਾਬਾ ਬਾਬਾ ਵੀ ਸਾਧੂਆਂ ਦਾ ਇਹਨਾਂ ਤੋਂ ਵੀ ਰੱਬ ਬਚਾਵੇ। ਪਿਆਰੇ ਜੀ ਸੰਤਾਂ ਦਾ ਬੋਲ ਨਾ ਟਲੇ, ਮੇਰੇ ਪਿਆਰੇ ਸਾਧੂਆਂ ਦਾ ਬੋਲ ਨਾ ਟਲੇ। ਸਤਿ ਸ਼੍ਰੀ ਅਕਾਲ।
ਬਾਬਾ ਫਰੀਦ ਜੀ ਕਹਿੰਦੇ ਮਰ ਜਾਓ, ਉਹ ਵਿਚਾਰੀਆਂ ਉਸੇ ਵਕਤ, ਕਿਉਂਕਿ ਬੰਦਗੀ ਬਹੁਤੀ ਸੀ ਭਜਨ, ਉਹ ਬੜਾ ਅਨਰਥ ਹੋ ਗਿਆ, ਪਾਪ ਹੋ ਗਿਆ ਮੇਰੇ ਕੋਲੋਂ, ਪਛਤਾਉਣ ਲੱਗੇ। ਉੜ ਜਾਓ, ਉਸੇ ਵਕਤ ਜੀਵਤ ਹੋ ਗਈਆਂ, ਉੜ ਗਈਆਂ। ਕਹਿੰਦੇ ਵਾਹ, ਹੁਣ ਸੰਪੂਰਨ ਹੋ ਗਿਆ ਕੰਮ, ਚਲੋ ਮਾਤਾ ਜੀਆਂ ਪਾਸ ਚੱਲਦੇ ਹਾਂ। ਕਿੱਥੇ ਆ ਨੇ ਮਾਂ? ਆ ਗਏ, ਨਮਸਕਾਰ ਕੀਤੀ ਹੈ। ਪੁੱਤਰ ਆ ਗਿਆ? ਹਾਂ ਮਾਂ ਆ ਗਿਆ। ਚਲੋ ਤੇਰੀਆਂ ਲਟਾਂ ਬਣ ਗਈਆਂ, ਜਟਾ ਜੂਟ ਹੋਇਆ ਵੈਂ, ਲਿਆ ਤੇਰਾ ਇਸ਼ਨਾਨ ਕਰਾ ਦਾਂ, ਬਾਹਲਾ ਟਾਈਮ ਹੋ ਗਿਆ ਤੈਨੂੰ ਇਸ਼ਨਾਨ ਕਰਾਉਂਦੇ ਨੇ, ਕਰਾ ਦਿੱਤਾ। ਫਿਰ ਕੀ ਕਰਦੇ? ਲਿਆ ਹੁਣ ਤੇਰੀਆਂ ਜਟਾਂ ਵੀ ਲਟਾਂ ਨੂੰ ਵਾਹ ਦਿਆਂ, ਕੇਸਾਂ ਨੂੰ ਲੱਗ ਗਏ, ਜਾਣ ਕੇ ਐਂ ਹਲੂਣਾ ਦਿੰਦੇ ਨੇ ਕੰਘੇ ਦੇ ਨਾਲ। ਕਹਿੰਦੇ ਮਾਂ ਤਕਲੀਫ ਹੁੰਦੀ ਹੈ, ਉੱਥੇ ਠੋਕਰ ਮਾਰੀ ਮਾਤਾ ਨੇ, ਗੁਰੂ ਬਣ ਗਿਆ। ਕਹਿੰਦੇ ਪੁੱਤਰ, ਜਦੋਂ ਤੂੰ ਦਰੱਖਤਾਂ ਦੇ ਪੱਤੇ ਸੂਤ ਕੇ ਵਿਰਸ਼ਾਂ ਦੇ ਛਕਦਾ ਸੀ, ਉਹਨਾਂ ਨੂੰ ਨਹੀਂ ਸੀ ਤਕਲੀਫ ਹੁੰਦੀ? ਉਹਨਾਂ ਨੂੰ ਵੀ ਹੁੰਦੀ ਹੋਊਗੀ। ਵਾਹ ਵਾਹ ਵਾਹ। ਕਹਿੰਦੇ ਮਾਤਾ ਬਸ ਛੱਡ ਦੇ ਹੁਣੇ, ਨਮਸਕਾਰ ਕੀਤੀ, ਫਿਰ ਬਣਾ ਨੂੰ ਤੁਰ ਪਏ, ਫਿਰ ਭਜਨ ਪਾਠ ਅਸੀਂ ਕਹਿੰਦੇ ਬੰਦਗੀ ਕਰਨ ਲੱਗੇ ਨੇ ਬਾਬਾ ਜੀ, ਫਿਰ ਖੜ ਗਏ, ਛੱਡ ਦਿੱਤਾ ਛਕਣਾ। ਕੀ ਫਰੀਦਾ, ਰੋਟੀ ਮੇਰੀ, ਰੋਟੀ ਮੇਰੀ ਕਾਟ ਕੀ, ਰੋਟੀ ਮੇਰੀ ਕਾਟ ਲੀ, ਰੋਟੀ ਮੇਰੀ ਕਾਟ ਦੀ ਲਾਵਣ।
ਉਸ ਵਕਤ ਇੱਕ ਪੇਟ ਨੂੰ ਲੱਕੜ ਬੰਨ੍ਹ ਲਈ, ਸਬਰ ਅਤੇ ਸ਼ੁਕਰ ਦੇ ਵਿੱਚ ਆ ਗਏ। ਹੇ ਭਗਵਾਨ, ਉੱਥੇ ਸਬਰ ਕਰ ਲਿਆ, ਕੁਛ ਨਹੀਂ ਛਕਣਾ, ਕੁਛ ਨਹੀਂ ਛਕਣਾ, ਬਸ ਲੱਕੜ ਬੰਨ੍ਹ ਲਈ ਪੇਟ ਨਾਲ। ਕਾਫੀ ਸਮਾਂ ਬੀਤ ਗਿਆ, ਇਹ ਗੁਰਬਾਣੀ ਦੇ ਵਿੱਚੋਂ ਹੀ ਮੈਂ, ਤੁਸੀਂ ਬੜੇ ਵਿਦਵਾਨ ਬੈਠੇ ਹੋਣੇ, ਗਿਆਨੀ ਲੋਕ ਬੈਠੇ ਹੋਣਗੇ, ਸਾਧੂ ਸੰਤ ਬੈਠੇ ਨੇ, ਮਹਾਂਪੁਰਸ਼ ਗਿਆਨਵਾਨ, ਪੜ੍ਹੇ ਲਿਖੇ ਨੌਜਵਾਨ, ਅੱਜ ਕੱਲ੍ਹ ਦਾ ਸਮਾਂ ਕਿਉਂਕਿ ਹਰ ਇੱਕ ਜਾਣਦਾ ਨਾ। ਜਦੋਂ ਲੱਕੜ ਬੰਨ੍ਹ ਲਈ, ਸਬਰ ਦੇ ਵਿੱਚ ਖੜ੍ਹ ਗਏ ਬਾਬਾ ਜੀ, ਸਮਾਂ ਆਇਆ, ਕੁਛ ਸਮਾਂ ਲੰਘਿਆ, ਸਰੀਰ ਸੁੱਕ ਕੇ ਤੀਲਾ ਹੋ ਗਿਆ, ਖੜ੍ਹੇ ਖੜ੍ਹਿਆਂ ਦਾ ਯਾਦ ਦੇ ਵਿੱਚ, ਆਪਣੇ ਭਗਵਾਨ ਦੀ ਯਾਦ ਦੇ ਵਿੱਚ ਬੰਦਗੀ ਕਰਦਿਆਂ ਦਾ ਸਰੀਰ ਲੇਖੇ ਲੱਗਣ ਵਾਲਾ ਹੋ ਗਿਆ। ਇੱਕ ਦਿਨ ਲੁਹਾਰ ਆਇਆ ਲੱਕੜਾਂ ਕੱਟਣ ਵਾਸਤੇ, ਉਹਦਾ ਕਾਰਜ ਕੰਮੇ ਇਹੀ ਹੈ, ਠਣਕਾ ਠਣਕਾ ਕੇ ਦੇਖਦਾ ਜਾਂਦਾ, ਇਹ ਸੁੱਕੀ ਹੈ, ਇਹ ਗਿੱਲੀ ਹੈ, ਪਾਣੀ ਦਾ ਕੜਾ ਚੁੱਕਿਆ ਹੋਇਆ, ਕੁਹਾੜੇ ਦੇ ਨਾਲ ਠੋਕਦਾ ਜਾ ਰਿਹਾ ਹੈ। ਅੱਗੇ ਭੁਲੇਖਾ ਪੈ ਗਿਆ, ਬਾਬਾ ਫਰੀਦ ਜੀਆਂ ਦਾ ਜਾ ਕੇ ਪੁੱਠੇ ਪਾਸੇ ਦੇ ਨਾਲ ਠਣਕਾ ਕੇ ਦੇਖਦਾ ਬਾਬਾ ਫਰੀਦ ਜੀਆਂ ਨੂੰ, ਕਿਉਂਕਿ ਸਾਜਰੇ ਦਾ ਸਮਾਂ ਸੀ, ਪਤਾ ਲੱਗਿਆ ਨਾ, ਦੇਖਦਾ ਲੱਕੜ ਵਾਂਗ ਸਰੀਰ ਹੋ ਗਿਆ, ਬਾਬਾ ਜੀ ਅਡੋਲ ਖੜ੍ਹੇ ਨੇ। ਜਦੋਂ ਟਣਕਾ ਕੇ ਦੇਖਦਾ ਕੀ ਕਹਿ ਰਹੇ ਨੇ, ਬੜੇ ਪਿਆਰ ਦੇ ਨਾਲ, ਇਹ ਭਜਨ ਪਾਠ ਪੂਜਾ ਬੰਦਗੀ ਵਾਲਿਆਂ ਵਾਸਤੇ ਹੈ, ਮੈਂ ਗਿਆਨੀ ਜੀਆਂ ਪਾਸੋਂ, ਗਿਆਨੀ ਗੁਰਮੇਲ ਸਿੰਘ ਕੰਗਣਵਾਲ, ਮੇਰੇ ਪਾਸ ਵਰਸ਼ੀਆਂ ਤੋਂ ਪਹਿਲਾਂ ਸਵਾ ਸਵਾ ਮਹੀਨਾ, ਡੇਢ ਡੇਢ ਮਹੀਨਾ ਉੱਥੇ ਉਹਨੇ ਰਹਿਣਾ, ਉਹਨਾਂ ਨੂੰ ਪੁੱਛਣਾ ਪਹਿਲੇ ਮਹਾਤਮਾ ਦਾ, ਕਿਉਂਕਿ ਮੇਰੇ ਤੋਂ ਪਹਿਲਾਂ ਉਹ ਸਾਧੂਆਂ ਦੇ ਵਿੱਚ ਵਿਚਰਦੇ ਹੁੰਦੇ, ਰਹਿੰਦੇ ਹੁੰਦੇ, ਚਲੈਲੇ ਆਲੇ ਦੁਆਲੇ ਹੋਰ ਸੰਤਾਂ ਦੇ ਪਾਸ ਉਹਨਾਂ ਨੇ ਬੜੀ ਵਸਤੂ ਇਕੱਠੀ ਕਰੀ ਸੀ, ਸੰਤਾਂ ਕੋਲ ਲੈਣੀ ਵਸਤੂ, ਔਰ ਮੈਂ ਪੁੱਛਿਆ ਕਰਦਾ, ਕਹਿੰਦੇ ਉਰੇ ਰੋੜਿਆਲ ਸਾਹਿਬ ਚਾਰ ਫਕੀਰ ਬੈਠੇ, ਅਸੀਂ ਵਿੱਚ ਬੈਠੇ, ਕਹਿੰਦੇ ਸਾਨੂੰ ਕੇ ਅਰਦਾਸ ਜੀ ਵੀ ਦੱਸਣ ਫਿਰ ਬਾਅਦ 'ਚ। ਬਾਬਾ ਪੂਰਨ ਦਾਸ ਜੀਆਂ ਦੇ ਹੁੰਦੇ ਹੋਏ ਕੇ ਅਰਦਾਸ ਜੀ ਅੱਛੀ ਕਮਾਈ ਦੇ ਮਾਲਕ, ਪਰ ਬਚਨ 'ਤੇ ਖੜ੍ਹੇ ਸੀ, ਕੇ ਅਰਦਾਸਾ ਜਾਂ ਡਾਲੀ ਕਰ ਲਿਆ ਉਹਨੇ ਉਸੇ ਵਕਤ ਤੁਰ ਜਾਣਾ। ਅੱਛਾ, ਤੂੰ ਆਪ ਸਮੇਂ ਹੁਣ ਜਿਵੇਂ ਬੈਠੇ ਬੈਠੇ ਸਾਰੇ, ਤੇਰੀ ਵਿੱਦਿਆ ਕਿੱਥੇ ਕੁ ਤੱਕ ਪਹੁੰਚ ਲਈ, ਤੂੰ ਕਿਤਨਾ ਸਮਾਂ ਬੈਠਦਾ, 2 ਘੰਟੇ, 4 ਘੰਟੇ, 6 ਘੰਟੇ, 8 ਘੰਟੇ, ਤੇਰਾ ਚੌਂਕੜਾ ਕਿਤਨੇ ਸਮੇਂ ਦਾ, ਚੌਂਕੜਾ ਲਾ ਲੈਣਾ, ਬੈਠ ਜਾਣਾ, ਹੁਣ ਤਾਂ ਔਖਾ ਹੈ, ਸਾਡੇ ਤਾਂ ਗੋਡੇ ਦੁਖਣ ਲੱਗ ਜਾਂਦੇ ਨੇ, ਬੜਾ ਮੁਸ਼ਕਲ ਹੈ, 1.5 ਘੰਟਾ ਮਸਾਂ ਨਿਕਲਦਾ, 8 ਘੰਟੇ ਉਹ ਵਾਸਾ ਤੱਕ ਪਹੁੰਚਣਾ। ਮੈਂ ਪੜ੍ਹਿਆ ਸੀ, ਸਾਰੀ ਸਾਰੀ ਰਾਤ ਜਾਗਦੇ, ਬਈ ਜਾਗਦੇ ਨੇ ਜਿਹੜੇ ਨਾਮ ਜਪਦੇ ਨੇ, ਪਾਠ ਕਰੀ ਜਾਂਦੇ ਨੇ, ਗੁਰੂ ਸਾਹਿਬ ਦੀ ਬਾਣੀ ਪੜ੍ਹੀ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ, ਸਾਰੀ ਸਾਰੀ ਰਾਤ ਲੰਘਾਉਂਦੇ ਨੇ,
ਫਿਰ ਉਹਨਾਂ ਨੇ ਪ੍ਰੇਮ ਪ੍ਰੀਤ ਕਿਹਦੇ ਨਾਲ ਪਾਈ ਹੈ? ਤਾਰਿਆਂ ਦੇ ਨਾਲ। ਉਹਨਾਂ ਦੀ ਦੋਸਤੀ ਤਾਰਿਆਂ ਨਾਲ ਹੈ। ਬਾਹਰ ਬੈਠੇ ਨੇ ਪਿੰਨੀ ਰਹਿਨੜੀਏ ਚਮਕਣ ਤਾਰੇ, ਚਮਕਣ ਕਹਿ ਲਓ ਸਿੱਧਾ, ਚਮਕਣ ਤਾਰੇ ਤੇਰੇ ਜਾਗਣ ਸੰਤ ਜਨਾ ਰਾਮ ਪਿਆਰੇ। ਜਾਗਦੇ ਨੇ ਸਾਰੀ ਸਾਰੀ ਰਾਤ, ਉਹ ਤਾਂ ਸਾਰੀ ਰਾਤ ਹੀ ਲੰਘਾ ਦਿੰਦੇ ਨੇ। ਅੱਛਾ, ਬਾਬਾ ਫਰੀਦ ਜੀਆਂ ਨੂੰ ਹੁਣ ਟਣਕਾ ਕੇ ਦੇਖਦਾ, ਪੁੱਠਾ ਪੀਣ ਲਾ ਕੇ ਦੇਖਾਂ ਤਾਂ ਸਹੀ, ਇਹ ਲੱਕੜ ਕੈਸੀ ਹੈ? ਬਾਬਾ ਜੀ ਆਵਾਜ਼ ਦਿੰਦੇ ਨੇ, ਕਹਿੰਦੇ ਸੱਜਣਾ ਥੋੜ੍ਹਾ ਠਹਿਰ ਜੀ, ਮੈਂ ਜੇ ਉਸੇ ਭਗਵਾਨ ਨੂੰ ਮਿਲਣਾ ਹੈ ਜਿਹਦੀ ਤਲਾਸ਼ ਦੇ ਵਿੱਚ ਮੈਂ ਖੜਾ ਹੈ, ਇਸ ਸਟੇਜਾਂ 'ਤੇ ਨਾ ਮਨਸੂਰ ਦੀਆਂ, ਸਰਵਿੰਦ ਫਕੀਰ ਦੀਆਂ, ਫਕੀਰਾਂ ਦੀਆਂ ਬਹੁਤ ਸਾਖੀਆਂ ਮੈਨੂੰ ਹੱਦ ਦੱਸਦੇ, ਉਸ ਸਿਓੜੇ ਵਾਲੇ ਸੰਤਾਂ ਦਾ ਨਹੀਂ ਹੱਦ ਦਾ ਪਤਾ ਨਹੀਂ ਲੱਗਿਆ, ਮੈਨੂੰ ਹੱਦ ਦੱਸਦੇ, ਮੁੱਲ ਵੱਧ ਦੱਸਦੇ। ਬਾਬਾ ਜੀ ਕੀ ਕਹਿ ਰਹੇ ਨੇ? ਕਿਤੇ ਮਾਰਨਾ ਗਮਾਵੀ ਮੇਰਿਆ ਵੀਰਨਾ, ਖਾਤਰ ਕੋਲਿਆਂ ਦੇ, ਕਿਤੇ ਮਾਰਨਾ ਗਵਾਵੀ ਮੇਰਿਆ ਵੀਰਨਾ, ਖਾਤਰ ਕੋਲਿਆ
ਸਿੱਖੀ ਕਿਤੇ ਮਾਰ ਨਾ ਗਵਾਈ, ਤੈਨੂੰ ਤਾਂ ਕੋਲਿਆਂ ਦੀ ਲੋੜ ਹੈ। ਅੱਗੇ ਹੋਰ ਬਣਾਂ 'ਚ ਬਹੁਤ ਲੱਕੜ ਖੜੀ ਆ, ਅੱਗੇ ਢੂੰਡ ਲੈ। ਓਹੋ, ਉਸੇ ਵਕਤ ਪਿੱਛੇ ਹਟ ਗਿਆ। ਸਮਾਂ ਆ ਗਿਆ ਹੁਣ, ਲੰਘਦਾ ਲੰਘਦਾ ਗੁਜ਼ਰਦਾ ਗੁਜ਼ਰਦਾ ਕਿੱਥੇ ਕੁ ਚਲਿਆ ਗਿਆ। ਬਾਬਾ ਫਰੀਦ ਜੀਆਂ ਨੇ ਫਿਰ ਸੋਚਿਆ, ਚਲੋ ਹੁਣ ਫਿਰ ਮਾਤਾ ਨੂੰ ਮਿਲਾਂ, ਇਹ ਵੀ ਕਹਿ ਦੇਵਾਂ ਉਲਾਂਭਾ ਸੀ ਮੈਨੂੰ ਕਿ ਤੂੰ ਦਰੱਖਤਾਂ ਦੇ ਬਿਰਸ਼ਾਂ ਦੇ ਪੱਤੇ ਸੂਤ ਕੇ ਛਕਦਾ, ਪਰ ਇਹ ਵੀ ਛੱਡ ਦਿੱਤੇ ਸੀ ਮੈਂ, ਭੋਜਨ ਵੀ ਛੱਡਤਾ। ਚਲੋ ਮਾਂ ਨੂੰ ਮਿਲ ਲਈਏ। ਅੱਗੇ ਤੁਰੇ ਜਾਂਦੇ ਜਾਂਦਿਆਂ ਨੂੰ ਪਿਆਸ ਲੱਗੀ ਹੈ। ਇੱਕ ਨੌਜਵਾਨ ਬੀਬੀ ਲੜਕੀ ਖੂਹ ਤੋਂ ਡੋਲ ਭਰੀ ਜਾਂਦੀ ਹੈ, ਡੋਲੀ ਜਾਂਦੀ ਹੈ, ਭਰੀ ਜਾਂਦੀ ਹੈ, ਡੋਲੀ ਜਾਂਦੀ ਹੈ। ਬਾਬਾ ਫਰੀਦ ਜੀ ਕਹਿੰਦੇ, ਚਲੋ ਹੋਰ ਨਹੀਂ, ਦੋ ਬੁੱਕ ਛਕ ਲੈਂਦੇ ਹੈ ਇਸ ਲੜਕੀ ਨੌਜਵਾਨ ਬੀਬੀ ਤੋਂ। ਅਰੇ ਬੀਬਾ, ਆਵਾਜ਼ ਦਿੱਤੀ ਹੈ, ਆ ਦੋ ਬੁੱਕ ਮੈਨੂੰ ਜਲ ਦੇ, ਛਕਾ ਦੇ। ਸੁਣਿਆ ਨਹੀਂ ਬਾਬਾ ਫਰੀਦ ਜੀਆਂ ਦਾ, ਸੁਣ ਵੀ ਲਿਆ ਪਰ ਅਣਗੌਲਿਆ ਕਰ ਦਿੱਤਾ। ਫਿਰ ਆਵਾਜ਼ ਦਿੱਤੀ, ਕਹਿੰਦੀ ਬਾਬਾ ਠਹਿਰ ਜਾ। ਬਾਬਾ ਜੀ ਕਹਿੰਦੇ, ਕਮਾਲ ਦੀ ਗੱਲ ਹੈ, ਇੰਨਾ ਜਪ ਤਪ ਕਰਕੇ ਇੱਕ ਨੌਜਵਾਨ ਬੇਟੀ ਨੇ ਮੈਨੂੰ ਜਵਾਬ ਦੇ ਦਿੱਤਾ। ਸੋਚਦੇ ਨਹੀਂ ਖੜੇ, ਚਲੋ ਹੋਰ ਇੱਕ ਵਾਰੀ ਕਹਿ ਰਹੇ ਹੈ। ਕਹਿੰਦੇ ਬੇਟਾ, ਮੈਂ ਜਲ ਛਕਣਾ, ਦੋ ਬੁੱਕ ਜਲ ਦੇ, ਛਕਾ ਦੇ। ਬਾਬਾ ਜੀ ਠਹਿਰ ਜਾ, ਮਰ ਜਾਓ ਚਿੜੀ ਉੱਡ ਜਾਓ, ਚਿੜੀ ਉਹ ਨਹੀਂ ਹੈ। ਵਾਹ ਵਾਹ ਵਾਹ, ਇਹ ਉਹ ਵਸਤੂ ਨਹੀਂ ਹੈ, ਠਹਿਰ ਜਾਓ। ਇਹਨੇ ਕਹਿਣ ਦੀ ਦੇਰ ਸੀ ਬਾਬਾ ਫਰੀਦ ਜੀਆਂ ਦਾ ਮਨ ਵੈਰਾਗ ਨਾਲ ਭਿੱਜ ਗਿਆ। ਇਹ ਕੀ ਹੋਇਆ? ਕਹਿੰਦੇ ਮੈਂ ਕਿਤਨੇ ਕੋ ਪਿੱਛੇ ਇਹ ਵਸਤੂ ਵਰਤਾ ਕੇ ਆਇਆ ਹੈ, ਇਹਨੂੰ ਕਿਵੇਂ ਪਤਾ ਲੱਗਿਆ? ਪਿਆਸ ਬੁੱਝ ਗਈ, ਹੁਣੇ ਤੋਂ ਪੁੱਛੀਏ ਜ਼ਰੂਰ, ਡੋਲ ਰੱਖ ਦਿੱਤਾ, ਤੈਨੂੰ ਕਿਵੇਂ ਪਤਾ ਲੱਗਿਆ? ਕਹਿੰਦੇ ਬਸ ਤੁਸੀਂ ਕੀ ਲੈਣਾ, ਤੁਸੀਂ ਦੋ ਬੁੱਕ ਛਕੋ ਬਾਬਾ ਜੀ, ਜਾਓ। ਕਹਿੰਦੇ ਹੁਣ ਨਹੀਂ ਛਕਣਾ, ਛੱਕ ਵੀ ਲਊਂ ਪਰ ਪਹਿਲਾਂ ਮੈਨੂੰ ਦੱਸੋ ਕੀ ਗੱਲ ਹੈ। ਤੈਨੂੰ ਪਤਾ ਹੈ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ, ਮੈਂ ਬੁਝਾ ਰਹੀ ਸੀ। ਕਹਿੰਦੇ ਡੋਲ ਤਾਂ ਥੱਲੇ ਡੋਲੇ ਜਾ ਰਹੀ ਹੈ ਤੂੰ? ਕਹਿੰਦੇ ਐਵੇਂ ਹੀ ਹੈ, ਡੋਲ ਦੀ ਉਰੇ ਸੀ, ਜਾਂਦਾ ਜਲ ਉੱਥੇ ਸੀ। ਕਹਿੰਦੇ ਵਾਹ ਵਾਹ, ਇਹ ਤਾਂ ਸਾਡੇ ਨਾਲੋਂ ਵੀ ਉੱਪਰ ਦੀ ਚੱਲ ਰਿਹਾ ਹੈ, ਮੈਨੂੰ ਹੁਣ ਇੰਨਾ ਸਮਾਂ ਹੋ ਗਿਆ, ਹੁਣ ਘਰ ਨੂੰ ਕਾਹਨੂੰ ਜਾਣਾ ਹੈ? ਹੁਣ ਘਰ ਨੂੰ ਨਹੀਂ ਜਾਣਾ, ਮੁੜ ਕੇ ਜਿਹੜੇ ਸਿਓੜੇ ਵਾਲੇ ਸੰਤਾਂ ਕੋਲ ਚਲਿਆ ਜਾਂਦਾ ਸੀ, ਮੁੜ ਕੇ ਜਿਹੜਾ ਹਾਰਮੋਨੀਅਮ ਵੱਜਦਾ ਸੀ ਸੰਗਤ, ਤੇਰਾ ਹਾਂ ਮੈਂ ਤੇਰਾ,
ਮੇਰੇ ਮਾਲਕਾ ਰੱਖ ਲਈ ਗਰੀਬ ਜਾਣ ਕੇ, ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਨਾਨਕ ਪਾਤਸ਼ਾਹ, ਤੇਰਾ ਹਾਂ ਮੈਂ ਤੇਰਾ, ਇਹ ਪੜ੍ਹੇ ਲਈ ਹੂੰ। ਤੇਰਾ ਹਾਂ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਣ ਕੇ। ਤੇਰਾ ਹਾਂ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲਈ ਗਰੀਬ ਜਾਣ ਕੇ ਜੀ ਮੈਂ। ਸੱਚੇ ਪਾਤਸ਼ਾਹ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਣ ਕੇ ਜੀ ਮੈਂ ਤੇਰਾ ਹਾਂ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਣ ਕੇ। ਸੱਚੇ ਪਾਤਸ਼ਾਹ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਣ ਕੇ। ਤੇਰਾ ਹਾਂ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲਈ ਗਰੀਬ ਜਾਣ ਕੇ ਮੈਂ ਤਾਂ ਤੇ। ਨਗਰ ਨਿਵਾਸੀ, ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਸਮੂਹ ਸੰਗਤਾਂ, ਔਰ ਸਾਡੇ ਬਹੁਤ ਅਨਹਨ ਸੇਵਕ ਪਿਆਰੇ ਸੰਤ ਮਹਾਰਾਜਿਆਂ ਦੇ, ਸਰਦਾਰ ਕੁਲਦੀਪ ਸਿੰਘ, ਕੈਨੇਡੀਅਨ ਕੰਗਣਵਾਲ, ਅੱਜ ਭਾਵੇਂ ਵਿਦੇਸ਼ ਦੇ ਵਿੱਚ ਰਹਿੰਦੇ ਨੇ, ਚਲੋ ਲੋੜ ਵੀ ਹੁੰਦੀ ਹੈ ਪਹੁੰਚ ਵੀ ਗਏ, ਆਏ ਬੈਠੇ ਨੇ, ਅੱਛਾ ਹੈ। ਉਸੇ ਪਰਿਵਾਰ ਨੂੰ, ਸਾਰੇ ਪਰਿਵਾਰ ਬਹੁਤ ਸੇਵਾ ਕਰਦਾ ਰੋੜੇਵਾਲ ਸਾਹਿਬ, ਇਹਨਾਂ ਨੇ ਉਹ ਪ੍ਰੀਤ ਨਹੀਂ ਛੱਡੀ ਮਹਾਂਪੁਰਖਾਂ ਵਾਲੀ, ਕਿਉਂਕਿ ਜਿੱਥੇ ਪ੍ਰਾਚੀਨ ਉਦਾਸ ਸੀ ਡੇਰਾ ਬਾਬਾ ਪੂਰਨ ਦਾਸ ਜੀਆਂ ਦਾ, ਸਾਰੇ ਲੰਗਰ ਦੇ ਵਿੱਚ ਸ਼ੈੱਡ ਦੀ ਸੇਵਾ ਇਹ ਪਰਿਵਾਰਾਂ ਦੀ ਬਹੁਤ ਜ਼ਿਆਦਾ ਸੀ ਵਿਦੇਸ਼ਾਂ ਤੋਂ। ਜਦੋਂ ਆਏ ਬੜੀ ਰੂਹ ਖੁਸ਼ ਹੋਈ ਦੇਖ ਕੇ, ਉੱਧਰ ਵਿਦੇਸ਼ 'ਚ ਬੈਠੇ ਨੇ ਸਾਰੇ, ਸਰਦਾਰ ਕੁਲਦੀਪ ਸਿਉਣੀ, ਉਹਨਾਂ ਦੇ ਪਿਤਾ ਸਰਦਾਰ ਗੁਰਨਾਮ ਸਿੰਘ, ਔਰ ਮਾਤਾ ਜੀ ਬੜਾ ਪ੍ਰੇਮ ਪਿਆਰ ਕਰਦੇ ਨੇ।
ਸਾਰੇ ਪਾਸੇ ਉਹਨਾਂ ਦੀ ਸੇਵਾ ਬਹੁਤ ਅੱਛੀ ਹੈ, ਔਰ ਵੀ ਦੇਸ਼ ਤੋਂ ਵਿਦੇਸ਼ ਤੱਕ, ਔਰ ਨਾਲ ਨਾਲ ਸਿਆਣੇ ਨੇ, ਬਜ਼ੁਰਗ ਨੇ, ਅੱਛੇ ਨੇ, ਮਾਤਾ ਜੀ ਬੈਠੇ ਨੇ, ਜਥੇਦਾਰਨੀ ਬੀਬੀ ਮਹਿੰਦਰ ਕੌਰ। ਹੁਣ ਮੈਂ ਜੇ ਸਾਰਿਆਂ ਦਾ ਨਾਮ ਲਵਾਂ ਤਾਂ ਫਿਰ ਬਹੁਤ ਲੰਮਾ ਹੋਜੂ, ਜੇ ਇੱਕ ਦੋ ਦਾ ਭੁੱਲ ਗਿਆ ਤਾਂ ਕਹਿਣਗੇ ਮੇਰਾ ਨਾਮ ਨਹੀਂ ਲਿਆ, ਮੈਂ ਸੁਰਮੌਰੇ ਲੈ ਦਿੱਤਾ। ਮਾਤਾ ਜੀ ਬੈਠੇ ਨੇ, ਸਿਆਣੇ ਨੇ, ਉਸ ਵਕਤ ਮਹਾਂਪੁਰਖਾਂ ਦੇ ਹੁੰਦੇ, ਬੜੀ ਸੇਵਾ ਕਰਿਆ ਕਰਦੇ, ਔਰ ਉਦੋਂ ਸੰਤ ਵੀ ਨਾਲ ਹੁੰਦੇ। ਚਲੋ ਹੁਣ ਸੰਤ ਬੈਠੇ ਨੇ, ਅੱਛਾ ਹੈ। ਬਾਬਾ ਫਰੀਦ ਜੀਆਂ ਨੇ ਸੋਚਿਆ, ਕਿਉਂਕਿ ਮੈਂ ਤਾਂ ਸਮਾਂ ਉੱਪਰਦੀ ਜਾ ਰਿਹਾ, ਅੱਜ 10:30 ਆ ਸੀ, 10 ਵਜੇ ਤੋਂ 10:45 ਸੱਚ ਮੈਂ ਉੱਪਰ ਲੰਘਿਆ, 10:45 ਆ ਕੇ ਸ਼ੁਰੂ ਕਰ ਲਿਆ, ਉੱਪਰ ਦੀ ਚੱਲ ਰਿਹਾ। ਸਾਰੇ ਹੀ ਐਂ ਦੇਖਦੇ ਜੀ ਵੀ ਉਡੀਕਾਂ ਜੇ ਹੋਣੀਆਂ ਤੀਆਂ 10 ਤੋਂ ਉੱਪਰ ਜਾ ਕੇ, ਮੈਂ ਪਹਿਲਾਂ ਹੀ ਆ ਗਿਆ। ਅੱਛਾ, ਇੱਕੀ 22 23 24 25 ਸੂਬੇਦਾਰ ਸਾਹਿਬ ਉੱਧਰੋਂ, ਠੇਕੇਦਾਰ ਸੋਮਲ ਜਤਿੰਦਰ ਸਿੰਘ ਇਹਨਾਂ ਦੇ ਨਗਰ ਦੇ ਵਿੱਚ 21 ਤਾਰੀਕ ਤੋਂ ਦੀਵਾਨ ਫਿਰ ਸ਼ੁਰੂ ਨੇ ਉੱਥੇ ਗੁਰਦੁਆਰਾ ਸਾਹਿਬ ਜੀ, ਜਿੱਥੇ ਮਹਾਂਪੁਰਖਾਂ ਨੇ ਬੜਾ, ਉੱਥੇ ਨਾਲ ਸਰੋਵਰ ਦਾ ਵੀ ਹੈ। ਚਲੋ, ਕੱਲ੍ਹ ਦੀ ਸੁਦੀ 10ਵੀਂ ਹੈ। ਅੱਛਾ, ਬਾਬਾ ਫਰੀਦ ਜੀ ਨੇ ਸੋਚਿਆ ਹੁਣ ਜੰਗਲ 'ਚ ਵੀ ਕੀ ਢੂੰਡੇਗਾ, ਬਹੁਤ ਸਮਾਂ ਹੋ ਗਿਆ। ਬੇਟਾ ਬੀਬਾ, ਇੱਦਾਂ ਕਿੱਥੋਂ ਪ੍ਰਾਪਤ ਕੀਤੀ ਹੈ ਵਸਤੂ? ਕਹਿੰਦੇ ਬਾਬਾ ਜੀ, ਪੁੱਛਣ ਦੀ ਲੋੜ ਨਹੀਂ, ਤੁਸੀਂ ਜਿਸ ਕਾਰਜ ਵਾਸਤੇ ਆਏ ਹੋ ਪਹਿਲਾਂ ਜਲ ਛਕੋ, ਫਿਰ ਜਿੱਧਰ ਨੂੰ ਜਾਣਾ ਆਪਣਾ ਰਸਤਾ ਪਕੜ ਲਓ। ਕਹਿੰਦੇ ਨਹੀਂ, ਹੁਣ ਉਹ ਪਿਆਸ ਵੀ ਬੁੱਝ ਗਈ, ਛਕਾ ਵੀ ਦਿੱਤਾ। ਮੈਂ ਕਹੂੰਗਾ ਬਾਬਾ ਜੀ, ਹੁਣ ਮੁਰਸ਼ਦ ਨੂੰ, ਗੁਰੂ ਨੂੰ ਢੂੰਡਣਾ ਸ਼ੁਰੂ ਕਰਦਾ। ਕਹਿੰਦੀ ਮੈਂ ਆਪਦੇ ਗੁਰਘਰ ਹੀ ਮਾਹੀਂ ਦਿਖਾਇਆ ਤਾਂ, ਇਹ ਵਸਤੂ ਕਿੱਥੋਂ ਮਿਲੀ ਹੈ? ਅਤੇ ਘਰ 'ਚੋਂ ਹੀ ਮਿਲੀ ਹੈ। ਹੁਣ ਸਮਾਂ ਕਿਉਂਕਿ 11:15 ਦਾ ਹੋ ਚੁੱਕਿਆ ਹੈ, ਇਹ ਤੁਹਾਡਾ ਪ੍ਰੇਮ ਹੈ, ਪਿਆਰ ਹੈ ਉਸ ਮਹਾਂਪੁਰਖ ਦਾ, ਪਰਿਵਾਰ ਬਹੁਤ ਵੱਡਾ ਹੈ ਸਿਓੜੇ ਵਾਲੇ ਸੰਤਾਂ ਦਾ। ਮੈਂ ਕਿਤੇ 2 ਦੀਵਾਨ, ਕਿਤੇ 3-5 ਤੱਕ ਕਿਤੇ ਹੀ ਨੇ, 1-2-3 ਇੱਥੇ ਹੀ ਚਲੀ ਜਾਣਾ ਜਾਂ ਭੋਗਾਂ 'ਤੇ, ਮੇਰਾ ਸਾਲ ਲੰਘ ਜਾਂਦਾ ਹੈ। ਉਹ ਮਹਾਂਪੁਰਖ ਧੰਨ ਸੀ ਜਿਨ੍ਹਾਂ ਨੇ 5-5, 7-7 ਦੀਵਾਨ ਜਾਂ 40-40 ਦੀਵਾਨ, ਨਿੱਤ ਨਵੀਂ ਸਾਖੀ, ਇੱਕ ਓਅੰਕਾਰ ਤੋਂ ਸ਼ੁਰੂ ਕਰਕੇ 40ਵੇਂ ਦਿਨ ਫਿਰ ਉੱਥੇ ਇੱਕ ਤੋਂ ਜਾਂ ਇੱਕ ਓਅੰਕਾਰ 'ਤੇ ਲਿਜਾ ਕੇ ਸਮਾਪਤੀ ਕਰਨੀ ਹੈ ਸੰਗਤ ਨੂੰ, ਨਿੱਤ ਨਵਾਂ। ਐਸਾ ਮਹਾਂਪੁਰਸ਼ ਜਿਹੜੇ ਸਾਰਿਆਂ ਧਰਮਾਂ ਨੂੰ, ਸਭ ਨੂੰ ਪ੍ਰੇਮ ਪਿਆਰ ਕਰਦਾ ਹੋਵੇ, ਅੱਜ ਸੈਂਟਰ ਨੰਗਰ ਅੰਗਣਵਾਲ ਵਿਖੇ ਮੈਂ ਵੀ ਹਾਜ਼ਰੀ ਲਾਈ ਹੈ, ਮੈਂ ਤਾਂ ਹਾਜ਼ਰੀ ਭਰਦਾ। ਅੱਛਾ ਬਾਬਾ ਫਰੀਦ ਜੀ ਹੁਣ ਆਪਣੇ ਗੁਰੂ ਨੂੰ ਟੋਲਣ ਦੀ ਕਰਦੇ ਨੇ, ਅਵਸਥਾ ਕਿੱਥੇ ਪਹੁੰਚੀ ਹੋਈ ਹੈ? ਟੋਲ ਵੀ ਲਿਆ, ਮੈਂ ਨੇੜੇ ਲਾਉਂਦਾ ਜਾ ਰਿਹਾ, ਟੋਲ ਵੀ ਲਿਆ, ਚਲੇ ਵੀ ਗਏ, ਚਾਕਰੀ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ, ਬਚਨ ਵੀ ਕਮਾਉਂਦੇ ਨੇ। ਇੱਕ ਦਿਨ ਗੁਰੂ ਨੇ ਪੇਪਰ ਪਾ ਦਿੱਤਾ, ਦੇਖਾਂ ਤਾਂ ਸਹੀ ਇਹ ਪਾਸ ਹੋ ਰਿਹਾ,
ਕਿ ਫੇਲ ਹੋ ਰਿਹਾ ਹੈ। ਦੋ ਵਸਤੂਆਂ ਨੇ, ਜਾਂ ਤਾਂ ਪਾਸ ਹੈ ਜਾਂ ਫਿਰ ਫੇਲ ਹੈ। ਚੇਲੇ ਹੋਰ ਬਹੁਤ ਨੇ, ਮੈਂ ਉਹ ਮਹਾਂਪੁਰਖ ਦਾ ਸੰਤ ਮਹਾਰਾਜ ਬਾਬਾ ਪੂਰਨ ਦਾਸ ਜੀਆਂ ਦੇ 40 ਚੇਲਿਆਂ ਤੱਕ ਵੀ ਕਿਹਾ ਮਹਾਂਪੁਰਖਾਂ ਨੇ, ਕਹਿੰਦੇ ਬਹੁਤ ਸਾਧੂ ਬੈਠੇ ਹੁੰਦੇ, ਚੰਗੇ ਕਮਾਈ ਵਾਲੇ ਅੱਛੇ ਅੱਛੇ ਸਾਧੂ ਹੁੰਦੇ ਸੀ, ਪਰ ਇਹ ਵਸਤੂ ਕਿਸ ਨੂੰ ਦਿੱਤੀ? ਸ਼੍ਰੀਮਾਨ 111 ਬਾਬਾ ਜੀ ਸਿਧਸਰ ਸਿਹੋੜੇ ਵਾਲੇ ਸੰਤਾਂ ਨੂੰ ਦਿੱਤੀ। ਆਖਰਲੇ ਸਮੇਂ ਦੇ ਵਿੱਚ ਕੋਲ ਵੀ ਰੱਖੇ, ਉਹਨਾਂ ਦੀਆਂ ਸਾਖੀਆਂ ਬਹੁਤ ਲੰਮੀਆਂ ਨੇ। ਉਹਨਾਂ ਦੇ ਹੱਥ ਆਈ ਇਹ, ਬਾਬਾ ਫਰੀਦ ਜੀਆਂ ਦੇ ਨਾਲ ਦੇ ਵੀ ਗੁਰ ਭਾਈ ਚੇਲੇ ਕਹਿ ਦਈਏ ਬਹੁਤ ਬੈਠੇ ਸੀ, ਪਰ ਬਾਬਾ ਜੀਆਂ ਵੱਲ ਦੇਖ ਕੇ ਮੁਰਸ਼ਿਦ ਨੇ, ਗੁਰੂ ਨੇ ਕੀ ਕਿਹਾ ਸੀ? ਕਹਿੰਦੇ ਫਰੀਦਾ ਤੂੰ ਸੇਵਾ ਕਰਦਾ? ਕਹਿੰਦੇ ਹਾਂ ਮਹਾਰਾਜ ਕਰਦਾ। ਕਿੰਨੀ ਕੁ ਸੇਵਾ ਕਰਦਾ? ਉੱਥੇ ਮੁੱਖ 'ਚੋਂ ਨਿਕਲ, ਕਹਿੰਦਾ ਜੀ ਬਹੁਤ ਕਰਦਾ, ਪਰ ਨਹੀਂ ਸਾਡੇ ਇਹ ਹੱਥ ਕੋਈ ਚੀਜ਼ ਨਹੀਂ ਹੈ। ਕਰੀਏ ਤੇਰੀ ਸੇਵਾ ਜੇ ਆਪ ਕਰਾਵੇ ਤੂੰ, ਕਰੀਏ ਤੇਰੀ ਸੇਵਾ ਜੇ ਆਪ ਕਰਾਵੇ ਤੂੰ, ਤੇਰੀ ਸੇਵਾ ਕਰੀਏ, ਤੇਰੀ ਸੇਵਾ ਕਰੀਏ, ਤੇਰੀ ਸੇਵਾ ਕਰੀਏ, ਤੇਰੀ ਸੇਵਾ ਫਰੀਦ ਜੀ ਨੂੰ। ਹਾਂ ਕਹਿੰਦੇ ਚੰਗਾ ਫਿਰ ਸੋਚ ਲਿਆ, ਹੁਣ ਦੇਖੀਏ ਸਹੀ ਪਰਖ ਕੇ ਨੂੰ। ਸਵੇਰ ਇਸ਼ਨਾਨ ਕਰਦੇ ਸੀ, ਮੀਂਹ ਆ ਗਿਆ, ਹਨੇਰੀ ਆ ਗਈ, ਗਰਮ ਜਲ ਕਰਨਾ ਆਪਣੇ ਮੁਰਸ਼ਦ ਦਾ, ਗੁਰੂ ਦਾ ਇਸ਼ਨਾਨ ਕਰਾਉਣਾ। ਬਾਬਾ ਫਰੀਦ ਜੀ ਦੀ ਡਿਊਟੀ ਲੱਗੀ ਹੋਈ ਸੀ, ਅੱਗ ਬੁਝ ਗਈ, ਦੇਖਦੇ ਨੇ ਉੱਠਣਗੇ, ਮੈਂ ਇਸ਼ਨਾਨ ਕਿਵੇਂ ਕਰਾਊਂਗਾ, ਕੀ ਕਰੀਏ? ਨਿਗਾਹ ਮਾਰਦੇ ਨੇ, ਅਸੀਂ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਨੇ ਟੈਨਸ਼ਨ ਹੋ ਗਈ, ਚਿੰਤਾ ਹੋ ਗਈ, ਦੇਖ ਰਹੇ ਨੇ ਕਿ ਤੂੰ ਅੱਗ ਮਿਲ ਜਾਵੇ, ਨੇੜੇ ਨੇੜੇ ਕਿਤੇ ਨਜ਼ਰ ਨਹੀਂ ਆ ਰਹੀ, ਇੱਕ ਬਹੁਤ ਦੂਰ
ਦੀਵਾ ਜਗਦਾ ਨਜ਼ਰ ਆਇਆ। ਉਧਰ ਨੂੰ ਮੁੱਖ ਕਰਕੇ ਬਾਬਾ ਜੀਆਂ ਦੇ ਉੱਤੇ ਕੰਬਲੀ ਲਈ ਹੋਈ ਹੈ ਬਾਬਾ ਫਰੀਦ ਜੀਆਂ ਦੇ, ਓਡੀ ਹੋਈ ਹੈ, ਤੁਰੇ ਜਾਂਦੇ ਨੇ, ਪਹੁੰਚ ਗਏ ਸਿਰੇ 'ਤੇ ਮੰਜ਼ਿਲ 'ਤੇ। ਮੈਂ ਸ਼ਾਰਟਕੱਟ ਜਾ ਰਿਹਾ ਹੈ। ਪਹੁੰਚ ਕੇ ਆਵਾਜ਼ ਦਿੱਤੀ, ਨੌਜਵਾਨ ਲੜਕੀ ਆਈ, ਬਾਬਾ ਕਿੱਥੇ ਆਇਆ ਤੂੰ? ਕਹਿੰਦੇ ਬੇਟਾ ਮੈਂ ਅੱਗ ਲੈਣ ਵਾਸਤੇ ਆਇਆ। ਕਹਿੰਦੇ ਤੈਨੂੰ ਪਤਾ ਨਹੀਂ ਤੂੰ ਕਿਸ ਦੇ ਦਰਵਾਜ਼ੇ 'ਤੇ ਪਹੁੰਚਿਆ? ਨਹੀਂ, ਮੈਨੂੰ ਤਾਂ ਸਾਰੇ ਰੱਬੀ ਰੂਹਾਂ ਦਿਖਦੀਆਂ ਨੇ, ਬੇਟਾ ਅੱਗ ਚਾਹੀਦੀ ਹੈ। ਕਹਿੰਦੇ ਇੰਨੀ ਸਸਤੀ ਨਹੀਂ ਹੈ, ਇਹ ਸਸਤੀ ਨਹੀਂ ਹੈ। ਕਹਿੰਦੇ ਹੋਰ, ਇਹਦੇ ਬਦਲੇ ਕੁਛ ਦੇਣਾ ਪੈਣਾ। ਕਹਿੰਦੇ ਦੱਸ ਬੇਟਾ, ਬੋਲ ਤਾਂ ਸਹੀ। ਕਹਿੰਦੇ ਅੱਖ ਦੇ ਦੇ, ਅੱਖ। ਵਾਹ ਵਾਹ। ਕਹਿੰਦੇ ਲਿਆ ਪੁੱਤਰ, ਪਲੇਟ ਲਿਆ, ਛੁਰੀ ਲਿਆ, ਲੈ ਨਿਕਾਲ ਲੈ। ਕਹਿੰਦੇ ਨਹੀਂ ਨਹੀਂ, ਆਪਦੇ ਹੱਥ ਦੇ ਨਾਲ ਕੱਢ ਕੇ ਲਿਆ। ਕਿਤਨਾ ਕੁ ਜਿਗਰਾ ਹੋਊਗਾ ਜੀ। ਕਹਿੰਦੇ ਲਿਆਓ। ਲੈ ਜਾਂਦੀ, ਚਾਕ ਕਰ ਦਿੱਤੀ, ਰੱਖ ਦਿੱਤੀ, ਉੱਤੇ ਪੱਟੀ ਬੰਨ ਲਈ। ਉਧਰੋਂ ਅੱਖ ਦੀ ਤਕਲੀਫ ਹੋ ਰਹੀ ਹੈ, ਉਧਰੋਂ ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਬਈ। ਵਾਹ ਵਾਹ, ਮੇਰਾ ਨੇਹੋ ਨਾ ਪਿਆਰੇ ਨਾਲੋਂ ਟੁੱਟ ਜਾਏ। ਓ ਮੇਰਾ ਨੇਹੋ ਨਾ ਪਿਆਰੇ ਨਾਲੋਂ ਟੁੱਟ ਜਾਏ, ਕਿਤੇ ਨੇਹੋ ਨਾ ਪਿਆਰੇ ਨਾਲੋਂ ਟੁੱਟ ਜਾਏ। ਮੇਰਾ
ਬਲੀਬ ਸ਼ਕਲੀ ਜੋ ਕੰਬਲੀ ਅਲਹਾ ਵਰਸੈ ਮੇਹ ਜਾਏ ਮਿਲਾਂ ਤਿਨਾ ਸੱਜਣਾ ਮੇਰਾ ਟੁੱਟੈ ਨਾ ਹੀ ਨਿਹ ਮੇਰਾ ਉਹ ਪਿਆਰੇ ਨਾਲੋਂ ਗੁਰੂ ਨਾਲੋਂ ਕਿਤੇ ਨਿਉ ਨਾ ਟੁੱਟ ਜਾਏ ਮੀਂਹ ਪੈਂਦਾ ਸੀ ਗਲੀਆਂ 'ਚ ਚਿੱਕੜ ਸੀ ਵੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨਿਹ ਚੱਲਾਂ ਤਾਂ ਭਿੱਜੈ ਕੰਬਲੀ ਜੇ ਮੈਂ ਰਹਿਣਾ ਜੇ ਮੈਂ ਤੁਰਦਾ ਤਾਂ ਭਿੱਜਦੀ ਹੈ ਕੰਬਲੀ ਰਹਿਣਾ ਮੇਰਾ ਹੁਣ ਜੇ ਮੈਂ ਖੜ ਜਾਂਦਾ ਨਾ ਨਿਹੋ ਟੁੱਟ ਜੂ ਕਹਿੰਦੇ ਜੇ ਤੁਰਦਾ ਗਲੀਆਂ ਦੇ ਵਿੱਚ ਚਿੱਕੜ ਹੈ ਮੀਂਹ ਪੈ ਰਿਹਾ ਮਿੰਨੀ ਮਿੰਨੀ ਕਣੀ ਦਾ ਕੰਬਲੀ ਭਿੱਜ ਗਈ ਭਾਰੀ ਹੋ ਗਈ ਕੰਬਲੀ ਨੂੰ ਵੀ ਕਹੀ ਕਹਿ ਰਹੇ ਨੇ ਮੀਂਹ ਤਾਂ ਅਲੋਹ ਵਰਸ ਰਿਹਾ ਕੰਬਲੀਏ ਕੀ ਹੋ ਗਿਆ ਜੇ ਭਿੱਜ ਗਈ ਕਹਿੰਦੇ ਤਾਂ ਕੀ ਹੋ ਗਿਆ ਜੇ ਤੂੰ ਭਿੱਜ ਗਈ ਮੀਂਹ ਤਾਂ ਉੱਤੋਂ ਅੰਬਰ ਤੋਂ ਵਰਸ ਰਿਹਾ ਮੇਰਾ ਨਿਹੋ ਨਾ ਪਰ ਮੇਰਾ ਨਿਹੋ ਨਾ ਟੁੱਟ ਜਾ ਉਸ ਪਿਆਰੇ ਨਾਲੋਂ ਫਰੀਦਾ ਗਲੀਏ ਚਿੱਕੜ ਦੂਰ ਕਰ ਗਲੀਏ ਚਿੱਕੜ ਦੂਰ ਕਰ ਗਲੀਏ ਚਿੱਕੜ ਦੂਰ ਕਰ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਗਲੀਏ ਚਿੱਕੜ ਗਲੀਏ ਚਿੱਕੜ ਦੂਰ ਕਰ ਭਾਈ ਨਾਲ ਪਿਆਰੇ ਨੇ ਚਿੱਕੜ ਗਲੀਆਂ ਚਿੱਕੜ ਦੂਰ ਕਰ ਗਲੀਆਂ ਚਿੱਕੜ ਦੂਰ ਕਰ ਨਿਹੋ ਨਾ ਪਿਆਰੇ ਨਾਲੋਂ ਟੁੱਟ ਜੇ ਬਈ ਕੰਬਲੀ ਬਸ਼ੱਕ ਭਿੱਜੇ ਮੇਰਾ ਇਹੋ ਨਾ ਪਿਆਰੇ ਨਾਲੋਂ ਟੁੱਟ ਜੇ ਕੰਬਲੀ ਬਸ਼ੱਕ ਭਿੱਜੇ ਮੇਰਾ ਕੰਬਲੀ
ਸਿਜੋ ਕੰਬਲੀ ਅਰਹਾ ਵਰਸੈ ਜਾਏ ਮਿਲਾਂ ਤਿੰਨਾ ਸਜਣਾ ਮੇਰਾ ਟੁੱਟੈ ਨਾਹੀ ਮੇਰਾ ਨਿਉਹ ਨਾ ਟੁੱਟ ਜਾਵੇ ਤੁਰੇ ਆਉਂਦੇ ਨੇ ਅੱਗ ਲੈ ਲਈ ਧੁਖਦੀ ਆਉਂਦੀ ਹੁੰਦੀ ਹੈ ਗੋਹੇ ਦੇ ਉੱਤੇ ਪਾਥੀ ਦੇ ਉੱਤੇ ਲਈ ਆਉਂਦੇ ਨੇ ਪਹੁੰਚ ਕੇ ਅੱਗ ਬਾਲੀ ਹੈ ਜਲ ਗਰਮ ਕੀਤਾ ਪੱਟੀ ਬੰਨ੍ਹੀ ਹੋਈ ਹੈ ਆਪਣੇ ਗੁਰੂ ਦਾ ਮੁਰਸ਼ਦ ਦਾ ਇਸ਼ਨਾਨ ਕਰਾ ਦਿੱਤਾ ਕਰਾ ਕੇ ਬਿਠਾ ਦਿੱਤੇ ਸਮਾਂ ਆਉਂਦਾ ਹੁੰਦਾ ਫਿਰ ਸਾਰਿਆਂ ਨੂੰ ਬੁਲਾਉਂਦੇ ਹੁੰਦੇ ਨੇ ਇੱਕ ਟਾਈਮ ਇੱਕ ਕੋਨੇ 'ਚ ਜਾ ਬੈਠੇ ਕਿਤੇ ਦੇਖ ਨਾ ਲੈਣ ਇਹ ਨਾ ਮੈਨੂੰ ਮਾਣ ਦੇ ਵਿੱਚ ਨਾ ਹੋ ਜਾਵਾਂ ਵੀ ਮੈਂ ਅੱਖ ਦਿੱਤੀ ਹੈ ਆਪਣੇ ਗੁਰੂ ਵਾਸਤੇ ਇੱਕ ਸਾਈਡ 'ਤੇ ਹੋ ਕੇ ਬੈਠ ਕੇ ਬਾਕੀ ਜਾ ਹੀ ਜਾਂਦੇ ਨੇ ਬੈਠੀ ਜਾਂਦੇ ਨੇ ਆਵਾਜ਼ ਦੇ ਰਹੇ ਨੇ ਕਹਿੰਦੇ ਅੱਜ ਫਰੀਦ ਨਹੀਂ ਆਇਆ ਕਹਿੰਦੇ ਮਹਾਰਾਜ ਇੱਕ ਪਾਸੇ ਬੈਠਾ ਹੈ ਅੱਛਾ ਉਹਨੂੰ ਬੁਲਾ ਕੇ ਲਿਆਓ ਲੈ ਆਉਂਦਾ ਫਰੀਦੇ ਅੱਖ ਦੇ ਉੱਤੇ ਪੱਟੀ ਬੰਨ੍ਹੀ ਹੈ ਉੱਥੇ ਟਾਲ ਕਰ ਰਹੇ ਨੇ ਟਾਲਦੇ ਨੇ ਮੇਰੇ ਵਰਗਾ ਕੋਈ ਹੋਛਾ ਜਿਹਾ ਹੋਵੇ ਜਦੋਂ ਅੱਖ ਕੈਦ ਹੋਈ ਔਖਾ ਜਿਹਾ ਹੋ ਗਿਆ ਮੇਰੇ ਤਾਂ ਅੱਖ ਮੈਂ ਤਾਂ ਤੇਰੇ ਵਾਸਤੇ ਅੱਖ ਦੇ ਤੀ ਬਹੁਤ ਔਖਾ ਹੈ ਕੰਡਾ ਲੱਗੇ ਦੀ ਉਹ ਤਕਲੀਫ ਹੁਣ ਤਾਂ ਕੰਡਿਆਂ ਵਾਲਾ ਵੀ ਕੰਮ ਨਹੀਂ ਰਿਹਾ ਅੱਛਾ ਬਾਬਾ ਫਰੀਦ ਜੀ ਕਹਿੰਦੇ ਮਹਾਰਾਜ ਗੁਰੂ ਜੀ ਅੱਖ ਆਈ ਹੋਈ ਹੈ ਕਹਿੰਦੇ ਆਈ ਹੈ ਕਹਿੰਦੇ ਆਹ ਧਾਰਨਾ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਕਿਉਂਕਿ ਮੈਂ ਕਹੂੰ ਮਾਸਟਰ ਜੀ ਬੈਠੇ ਨੇ ਔਰ ਇਹ ਇਹ ਮੈਂ ਕਹੂੰ ਹਿਰਦਾ ਰੰਗਿਆ ਹੋਇਆ ਅੰਦਰੋਂ ਮੈਨੂੰ ਵੀ ਹੁਣ ਕਈ ਸਾਲ ਹੋ ਗਏ ਆਉਂਦੇ ਨੂੰ ਤੁਹਾਡੇ ਦਰਸ਼ਨ ਕਰਦੇ ਨੂੰ ਆਹ ਧਰਤੀ ਦੀ ਆਹ ਧੂੜੀ ਦੀ ਮੈਂ ਇੱਥੋਂ ਖਾ ਕੇ ਧੂੜੀ ਲੈ ਕੇ ਜਾਂਦਾ ਤਾਂ ਕੁਛ ਮੈਨੂੰ ਵੀ ਪ੍ਰਾਪਤ ਹੁੰਦਾ ਗੁਰੂ ਘਰ ਦੇ ਵਿੱਚੋਂ ਔਰ ਬੋਲਦੇ ਤਾਂ ਕੋਈ ਉੱਚਾ ਸ਼ਬਦ ਬੋਲਿਆ ਗਿਆ ਹੋਵੇ ਮਾਫ਼ ਕਰਿਓ ਸੰਗਤੇ ਕੀ ਕਹਿ ਰਿਹਾ ਗੁਰੂ ਫਿਰ ਓਏ ਅੱਖ ਆ ਗਈ ਓਏ ਫਰੀਦੇ ਤੇਰੀ ਅੱਖੀਆਂ ਤੋਂ ਪੱਟੀ ਆ ਗਈ ਓਏ ਫਰੀਦਾ ਤੇਰੀ ਅੱਖੀਆਂ ਤੋਂ ਪੱਟੀ Thank you.
ਅੱਖੀਆਂ ਤੋਂ ਪੱਟੀ ਖੋਲ ਦੇ ਅੱਖ ਆ ਗਈ ਵੇ ਫਰੀਦਾ ਤੇਰੀ ਅੱਖੀਆਂ ਤੋਂ ਪੱਟੀ ਖੋਲ ਦੇ ਖੋਲ ਦੇ ਅੱਖੀਆਂ ਤਾਂ ਜੀ ਪੱਟੀ ਖੋਲ ਦੇ ਬਚਨ ਕਮਾਇਆ ਜੇ ਕੋਈ ਬਚਨ ਕਮਾਵੇ ਸੰਤਾਂ ਦਾ ਸਾਧੂਆਂ ਦਾ ਗੁਰੂਆਂ ਦਾ ਮਹਾਂਪੁਰਸ਼ਾਂ ਦਾ ਉਹ ਪਾਸ ਹੋ ਜਾਂਦਾ ਹੁੰਦਾ। ਸਮਾਂ ਲੰਘਦਾ ਗਿਆ, ਬਾਬਾ ਫਰੀਦ ਜੀਆਂ ਦਾ ਸਮਾਂ ਆਇਆ, ਬਿਰਧ ਅਵਸਥਾ ਹੁੰਦੀ ਗਈ, ਕਾਗ ਨੂੰ ਵੀ ਕਹਿਣਾ ਪੈ ਗਿਆ ਇੱਕ ਸਮਾਂ ਐਸਾ ਆ ਗਿਆ ਬਾਬਾ ਜੀ ਲੇਟੇ ਪਏ ਨੇ, ਕਾਗ ਵੀ ਪਰਖ ਕੇ ਦੇਖਦਾ, ਦੇਖਾਂ ਇਹ ਜੀਵਤ ਹੈ, ਜੀਵਤ ਮਰੈ ਮਰੈ ਪੁਨ ਜੀਵ ਹੈ, ਫਿਰ ਪੁਨਰਪ ਜਨਮ ਨਾ ਵਿਦਿਆ ਦੇ। ਦੇਖਦੇ ਨੇ ਉਹਨਾਂ ਨੂੰ ਐਂ ਠੋਰ ਕੇ, ਪਹਿਲਾਂ ਚਰਨਾਂ ਪੈਰਾਂ ਵੱਲੋਂ
ਜਿਸ ਵਕਤ ਬਾਬਾ ਫਰੀਦ ਜੀਆਂ ਦੇ ਭਗਤ ਕਬੀਰ ਜੀਆਂ ਦੇ ਸਲੋਕ ਚੱਲਦੇ ਨੇ ਨਾ ਸਵੇਰ ਦੇ ਸਮੇਂ, ਮੈਂ ਸੁਣਿਆ ਗਿਆਨੀ ਜੀਆਂ ਦਾ, ਗਿਆਨੀ ਗੁਰਮੇਲ ਸਿੰਘ ਜਾਂ ਹੋਰ ਬਹੁਤ ਉਸ ਵਕਤ ਮਹਾਂਪੁਰਸ਼ਾਂ ਦੇ ਨਾਲ ਵਿਦਵਾਨ ਸਾਧੂ ਗਿਆਨੀ, ਉਹਨਾਂ ਨੇ ਜਦੋਂ ਸਲੋਕ ਪੜ੍ਹਨੇ ਬੰਨ ਕੇ ਰੱਖ ਦਿੰਦੇ ਹੁੰਦੇ ਸੀ, ਐਂ ਨਹੀਂ ਸੀ ਵੀ ਤੁਰ ਕੇ ਚੱਲਿਆ ਜਾਊਗਾ, ਸੁਣਨੇ ਨੇ ਪਹਿਲਾਂ ਸਵੇਰ ਦੇ ਸਮੇਂ। 4 ਵਜੇ ਸਪੀਕਰ ਲੱਗਣਾ, ਬਹੁਤ ਅੱਛਾ ਸੁਣਿਆ ਕਰੋ, ਗੁਰੂ ਦੀ ਬਾਣੀ ਦੇ ਵਿੱਚ ਨੇ, ਸਾਡੇ ਬਾਣ ਮਾਰਦੇ ਨੇ, ਜਨਮ ਅਤੇ ਮਰਨ ਵਾਸਤੇ ਸਾਨੂੰ ਦੱਸ ਰਹੇ ਨੇ। ਇਹ ਜਿਹੜਾ ਜੀਵਨ ਸਾਨੂੰ ਮਿਲਿਆ ਹੈ, ਹੀਰਾ ਜਨਮ ਮਿਲਿਆ ਹੈ, ਬਹੁਤ ਔਖਾ ਪ੍ਰਾਪਤ ਹੋਇਆ ਭਾਈ, ਬਾਬਾ ਜੀਆਂ ਦੇ ਪੈਰਾਂ ਨੂੰ ਠੂੰਗਾ ਮਾਰ ਮਾਰ ਕੇ ਦੇਖਦੇ ਨੇ, ਕਾਗਾ ਕਰੰਗਟ ਡੋਲਿਆ ਸਗਲਾ ਖਾਇਆ, ਫਿਰ ਵੀ ਕਹਿ ਰਹੇ ਨੇ, ਕਹਿੰਦੇ ਅਜੇ ਵੀ ਮੈਨੂੰ ਲੋੜ ਹੈ, ਇੱਛਾ ਆਪਦੇ ਗੁਰੂ ਉਸ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਮੈਨੂੰ ਜ਼ਰੂਰਤ ਹੈ, ਕਾਗਾ ਦੋਵੇਂ ਨਾ ਮੇਰੇ ਨੈਣ ਛੋੜਿਓ। ਕਿਤੇ ਐਵੇਂ ਨਾ ਕਹਿ ਦਿਓ ਵੀ ਇੱਕ ਧਾਰਨਾ ਕਹੀ ਸੀ, ਫਿਰ ਹੁਣ ਗਾਹਾਂ ਤੁਰ ਪਿਆ, ਮਨ ਤਾਂ ਫਿਰ ਕਰੀਓ ਜਾਂਦਾ ਹੁੰਦਾ, ਤਾਂ ਚੱਲੀਓ ਜਾ ਰਹੇ ਹਾਂ ਰੋਜ਼ ਦੀ। ਕੱਲ੍ਹ ਕਾਂਜਲਾ ਸਾਹਿਬ 2 ਦੀਵਾਨ, ਪਹਿਲਾਂ ਸਵੇਰੇ ਕੋਠੀ ਸਾਹਿਬ, ਸੰਤ ਆਤਰ ਸਿੰਘ ਜੀ ਮਹਾਰਾਜ, ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਜਲਾ, ਔਰ ਸਾਧੂਆਂ ਨੇ ਜਿੱਥੇ ਉੱਥੇ ਬੈਠ ਕੇ ਸੇਵਾ ਕੀਤੀ ਔਰ ਜਪ ਤਪ ਕੀਤਾ, ਉਹਦੇ ਨਾਲ ਲੱਗਦੇ ਹੀ ਫਿਰ ਗੁਰਦੁਆਰਾ ਸਾਹਿਬ ਝਿੜਾ ਸਾਹਿਬ ਦੇ ਵਿੱਚ, ਕਾਂਜਲਾ ਸਾਹਿਬ 'ਚ 2 ਹੋਏ, ਪਹਿਲਾਂ ਸਵੇਰ ਦਾ ਫਿਰ ਦੁਪਹਿਰੇ ਤੋਂ ਸ਼ਾਮ ਦਾ, ਅੱਜ ਇੱਧਰ ਦਾ, ਕੱਲ੍ਹ 10ਵੀਂ ਦਾ, ਫਿਰ ਸੋਮਲ ਖੇੜੀ। ਅੱਛਾ ਹੈ, ਅੱਛਾ ਹੈ, ਇਹ ਜੇ ਜ਼ਿੰਦਗੀ ਐਵੇਂ ਲੰਘ ਜਾਵੇ। ਬਾਬਾ ਫਰੀਦ ਜੀ ਕੀ ਕਹਿੰਦੇ ਨੇ, ਕਹਿੰਦੇ ਕਾਗਾ ਬਾਕੀ ਭਾਵੇਂ ਆ ਸਾਰੇ ਪਿੰਜਰੇ ਨੂੰ ਚੂੰਡ ਲੈ, ਛੱਕ ਲੈ, ਖਾ ਲੈ ਪੈਰਾ, ਦੋ ਮੇਰੇ ਜਿਹੜੇ ਨੈਣ ਨੇ ਇਹਨਾਂ ਨੂੰ ਨਾ ਛੇੜੀ, ਕਾਗਾ ਪੜ੍ਹ ਲਈਏ, ਦਿਲ ਕਰਦਾ ਖਾਲਸਾ। ਅੱਗੇ ਦੇਵਸਾ ਆ ਗਿਆ ਵਿਸਾਖੇ ਦਾ, ਮੈਂ ਵੀ ਰੋੜੇਵਾਲ ਸਾਹਿਬ ਐਨ ਸ਼ਰਧਾ ਨਾਲ ਪ੍ਰੇਮ ਭਾਵ ਨਾਲ ਮਨਾਉਣਾ, ਆਪ ਦਰਸ਼ਨ ਦੇਣੇ 13 ਤਾਰੀਖ ਨੂੰ। ਮੈਂ ਸੰਗਤ ਨੂੰ ਵੀ ਬੇਨਤੀ ਕਰਦਾ, ਰੋੜਗੜ੍ਹ ਰੋੜੇ ਵਾਲਾ ਔਰ ਮਹਾਂਪੁਰਸ਼ਾਂ ਦਾ ਵੀ ਉਸ ਵਕਤ ਦਾ ਸਮਾਂ ਹੈ ਨਾ ਵਿਸਾਖੇ ਦਾ, ਉੱਥੇ ਮੈਂ ਬੜੇ ਤੁਹਾਨੂੰ ਉਡੀਕੂੰਗਾ, ਉਡੀਕ ਕਰੂੰਗਾ ਤੁਹਾਡੀ, ਜ਼ਰੂਰ ਪਹੁੰਚਿਓ। ਉਹ ਸੰਗਤ ਵਾਸਤੇ ਹੀ ਬਣ ਰਿਹਾ, ਦਰਸ਼ਨ ਕਰੇ ਤਾਂ ਪਤਾ ਲੱਗਦਾ ਵੀ ਉੱਥੇ ਕੀ ਕੁਛ ਤਿਆਰੀਆਂ ਹੋ ਰਹੀਆਂ ਨੇ। ਭਗਤ ਜੀ ਕੀ ਕਹਿ ਰਹੇ ਨੇ, ਮੇਰਾ ਮੁਜਵੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ, ਮੇਰੀ ਇੱਥੇ ਜਦੋਂ ਭਾਈ ਇਹ ਉਡਾਰੀ ਮਾਰ ਜਾਣੀ ਹੈ, ਫਿਰ ਮੇਰਾ ਤੇਰਾ ਮੇਰ ਤੇਰ ਕਿਹਦੀ ਰਹਿ ਗਈ। ਜਿਹੜਾ ਜਪ ਤਪ ਕਰੂਗਾ ਉਹ ਸਾਂਭਲੂਗਾ, ਇੱਥੇ ਕਿਸੇ ਦੀ ਮੇਰ ਨਹੀਂ ਹੁੰਦੀ ਕਿਤੇ। ਪਿਆਰ ਨਾਲ ਪੜਿਓ, ਓ ਕਾਗਾ ਦੋਵੇਂ ਨਾ ਮੇਰੇ ਨੈਣ ਛੇੜਿਓ,
ਆਗਾ ਦੋਵੇਂ ਨਾ ਮੇਰੇ ਨੈਣ ਛੇੜਿਓ ਤਾਗਾ ਆਗਾ ਪਿਆ ਮਿਲਣ ਦੀ ਆਸਾ ਕਾਗਾ ਪਿਆ ਮਿਲਣ ਦੀ ਆਸਾ ਤੂੰ ਮੈਨੂੰ ਪਿਆ ਮਿਲਣ ਦੀ ਆਸਾ ਪਿਆ ਮਿਲਣ ਦੀ ਆਸਾ ਓਏ ਕਾਗਾ ਮਿਲਣ ਦੀ ਆਸਾ ਪਿਆ ਮਿਲਣ ਦੀ ਆਸਾ ਕਾਗ ਨੂੰ ਕਹਿ ਰਹੇ ਨੇ ਦੇਖੀ ਅਜੇ ਮੈਂ ਜੀਵਤ ਹਾਂ ਮੈਂ ਦੋਏ ਨੇਤਰਾਂ ਦੇ ਨਾਲ ਭਗਵਾਨ ਦੇ ਦਰਸ਼ਨ ਕਰਨੇ ਨੇ ਦੇਖੀ ਕਿਤੇ ਇਹਨਾਂ ਦੇ ਨੇੜੇ ਨਾ ਵਰਜਿਤ ਕਰ ਰਹੇ ਨੇ ਹੁਣ ਤੁਸੀਂ ਸਾਰੇ ਮਿਲ ਕੇ ਬੜੇ ਪਿਆਰ ਸਹਿਤ ਆਨੰਦ ਸਾਹਿਬ ਦੇ ਵਿੱਚ ਸਾਥ ਦਿਓ ਸਾਡੇ ਜਥੇਦਾਰ ਸਾਰੇ ਪਹੁੰਚੇ ਨੇ ਨੇੜੇ ਦੇ ਉਹਨਾਂ ਦੇ ਨਾਮ ਲੈਣ ਤੇ ਕਾਫੀ ਸਮਾਂ ਬੀਤ ਜਾਣਾ ਹੈ 26 ਤਾਰੀਖ ਕਿਉਂਕਿ ਕੁਛ ਜਥੇਦਾਰ ਸਾਹਿਬ ਸਾਡੇ ਬੈਠੇ ਨੇ 26 ਤਾਰੀਖ ਦੀ ਮੀਟਿੰਗ ਹੈ ਰੋੜੇਵਾਲ ਸਾਹਿਬ ਕੰਮਾਂ ਕਾਰਾਂ ਵਾਸਤੇ ਸੇਵਾ ਵਾਸਤੇ ਔਰ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਮੈਂ ਸਾਰੇ ਜਥੇਦਾਰਾਂ ਦੀ ਰਾਇ ਦੇ ਨਾਲ ਚੱਲਦਾ
ਹੁਣ ਤੱਕ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਇ ਲੈ ਕੇ ਫਿਰ ਉਵੇਂ ਹੀ ਕਰੀਦਾ ਭਾਈ, ਜ਼ਰੂਰ ਦਰਸ਼ਨ ਦਿਓ ਸੰਗਤ ਦੀ ਅਤੇ ਜਥੇਦਾਰ ਸਾਹਿਬਾਨ ਵੀ। 26 ਦਾ ਮੰਗਲਵਾਰ ਆਉਂਦਾ, ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਰਤਨ ਪਰਵਾਰ ਪਰੀਆਂ ਸਾਹਿਬ, ਗੱਜ ਕੇ ਸਾਰੀ ਸੰਗਤ ਪੜਿਆ ਕਰੋ ਭਾਈ। ਇਹ ਮਨ ਮੇਰਿਆ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਸਾਚੇ ਸਾਹਿਬਾਂ ਕਿਆ, ਸਦਾ ਸਿਫਤ ਸਲਾਹ ਤੇਰੀ ਨਾਮ ਮਾਨਵ, ਨਾਨਕ ਸੱਜੇ ਸਾਹਿਬ ਗਿਆ, ਕਾਂਤ ਸੁਖ ਮਨ ਆਏ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ, ਪੰਜ ਦੋ ਤੁਧ ਵਸ ਕੀਤੇ ਕਾਲ, ਕਹਿ ਨਾਨਕ ਤੈ ਸੁਖ ਅੰਦ ਸੁਣੋ, ਰੋਗ ਰੋਗ ਸੰਤਾਪ ਉਤਰੈ ਸੁਣੀ ਸੱਚੀ, ਸੁਣਤੇ ਪਨੀਤ ਗਹਿ ਦੇਵ ਵਿਦ ਸਾਧ, ਲੋਕ ਪਵਣ ਗੁਰੂ ਪਾਣੀ ਪਿੰਦਾ ਮਾਤਾ, ਚੰਗਿਆਂ ਬੁਰਿਆਂ ਬਾਚੈ ਧਰਮ,
ਨਾਮ ਨਾਨਕ ਤੇ ਮੁਖ ਉਜਰੇ ਕੇਤੀ ਗੁਰੂ ਸੰਤ ਜਨਾ ਮਿਲ ਹਰ ਜਗ ਜੋ ਚਾਹ ਸੋਈ ਮਨ ਸਰਬ ਸੁਖ ਹਰ ਨਾਮ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਠਾਕੁਰ ਤੁਮ ਪੈ ਅਰਦ ਸੁਨਾਗਰੀ ਤੁਮਰੇ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਗੁਰਬਾਨੀ ਤੁਦ ਆਗੇ ਅਰ ਮਾਰੀ ਜੀਉ ਪਿੰਡ ਕਹੋ ਨਾਨਕ ਸਭ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਤੀਕ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇਕ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਪ੍ਰਸਾਦ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ
ਚੌਂਕੀਆਂ ਝੰਡੀ ਫੰਗੀ ਜੁਗੋ ਜੁਗਾ ਟੱਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਾ ਰੱਖਾ ਆਪ ਵਾਹਿਗੁਰੂ। ਹੀਰ ਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਹੈ ਮਹਾਰਾਜ ਜੀ ਓ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤਾਵੈ ਨੋ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਓ ਗੁਰੂ ਮਹਾਰਾਜ ਜੀ ਓ ਆਪ ਜੀ ਦੇ ਧੁਰੋਂ ਦਰਗਾਹੋਂ ਬਖਸ਼ੇ ਹੋਏ ਮਹਾਂਪੁਰਖ ਧੰਨ ਧੰਨ ਸੰਤ ਮਹਾਰਾਜ ਪੂਰਨ ਬ੍ਰਹਮ ਗਿਆਨੀ ਰਾਜੇ ਜੋਗੀ ਸ਼੍ਰੀਮਾਨ 111 ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਗੁਰਦੇਵ ਜੀ ਮਹਾਰਾਜ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਂਪੁਰਖਾਂ ਵੱਲੋਂ ਬਖਸ਼ੀਸੇ ਪਵਿੱਤਰ ਅਸਥਾਨ ਜੋੜੇਵਾਲ ਸਾਹਿਬ ਤੋਂ ਇੱਕ ਦੀਵਾਨ ਦੀ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਓ ਸੰਤ ਮਹਾਰਾਜ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਓ ਕੱਲ੍ਹ ਤੋਂ ਪਹਿਲੇ ਦਿਨ ਸਤਿਗੁਰੂ ਜੀ ਧੁਰਕੀ ਦਰਗਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਜਿਨ੍ਹਾਂ ਦੇ ਆਦਿ ਮਾਧ ਅੰਤ ਪ੍ਰਾਪ ਤੋਂ ਹੀ ਅੰਮ੍ਰਿਤ ਵੇਲੇ ਭੋਗ ਪਏ ਸਤਿਗੁਰੂ ਜੀ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਉਪਰੰਤ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜੇ ਹਨ ਜਿਹਦੇ ਵਿੱਚ ਮਹਾਂਪੁਰਖਾਂ ਨੇ ਪਹੁੰਚ ਕੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ ਆਪ ਜੀ ਦੇ ਚਰਨਾਂ ਦੇ ਨਾਲ ਜੋੜਿਆ ਮਹਾਰਾਜ ਕਿਰਪਾ ਕੀਤੀ ਹੈ ਮਹਾਂਪੁਰਖਾਂ ਨੂੰ ਦੀਰਘ ਆਯੂ ਬਖਸ਼ਣੀ ਮਹਾਂਪੁਰਖਾਂ ਦੇ ਸ਼ੀਸ਼ 'ਤੇ ਮਿਹਰ ਭਰਿਆ ਇਸੇ ਤਰ੍ਹਾਂ ਹੀ ਹੱਥ ਰੱਖਣਾ ਮਹਾਰਾਜ ਗੁਰੂ ਘਰਾਂ ਦੀ ਸੇਵਾ ਕਰਾਉਂਦੇ ਰਹਿਣ ਅਤੇ ਆਪ ਜੀ ਦਾ ਨਾਮ ਜਪਾਉਂਦੇ ਰਹਿਣ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸੱਚੇ ਪਾਤਸ਼ਾਹ ਸਮੂਹ ਸੰਗਤ ਦੀ ਹਾਜ਼ਰੀ ਆਪ ਜੀ ਦੇ ਚਰਨਾਂ ਵਿੱਚ ਪ੍ਰਵਾਨ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਮਹਾਰਾਜ ਜੀ ਅਤੇ ਕਿਰਪਾ ਕਰਨੀ ਆਪ ਜੀ ਦੀ ਮਹਾਰਾਜ ਨਾਮ ਦੀ ਦਾਤ ਬਖਸ਼ ਕਰਨੀ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪ ਜੀ ਦੇ ਨਾਮ ਦੇ ਨਾਲ ਜੋੜਨਾ ਗੁਰੂ ਮਹਾਰਾਜ ਜੀ ਤਿਲ ਫਿਰ ਆਇਆ ਦਰ ਪ੍ਰਵਾਨ ਕਰਨਾ ਨਗਰ ਵਿੱਚ ਇਲਾਕੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਸਤ ਮਹਾਰਾਜ ਜੀ ਓ ਇਸੇ ਤਰ੍ਹਾਂ ਆਪ ਜੀ ਦੇ ਮਹਾਨ ਗੁਰਪੁਰਬ ਅਤੇ ਮਹਾਂਪੁਰਖਾਂ ਦੇ ਪਵਿੱਤਰ ਦਿਹਾੜੇ ਸੰਗਤਾਂ ਨਾਲ ਮਿਲ ਕੇ ਇਤਫਾਕ ਖੁਸ਼ੀਆਂ ਦੇ ਨਾਲ ਚਾਉ ਦੇ ਨਾਲ ਮਨਾਉਂਦੀਆਂ ਰਹਿਣ ਗੁਰੂ ਮਹਾਰਾਜ ਜੀ ਆਪ ਜੀ ਹਜ਼ੂਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਆਪ ਜੀ ਕੋ ਭੋਗ ਲੱਗੇ ਮਹਾਰਾਜ ਜੀ ਆਪ ਜੀ ਦਾ ਸੀਤ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਵੀ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਜਪੇ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਨਿਹਾਲ ਤਾਈਆਂ ਦੇ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸੇ ਪਿਆਰਾ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ
ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦਿਖ ਤਤ ਤੂੰ ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਗੁਰ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕੇ ਸਗਲ ਘਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੇ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਬਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।